ਆਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਹਾਂ ਸੁਮਨ ਪ੍ਰੇਤਕੌਰ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਕਾਫੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਮਾਰਚ ਮਹੀਨੇ ਦੇ ਨਾਲ ਰਿਲੇਟਿਡ ਜਿੰਨੇ ਵੀ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਬਣ ਸਕਦੇ ਆ ਬਹੁਤ ਹੀ ਸਿਲੈਕਟਿਡ ਜੇ ਤੇ ਇੰਪੋਰਟੈਂਟ MCQ ਇਸ ਵੀਡੀਓ ਦੇ ਵਿੱਚ ਲਈ ਗਏ ਆ ਉਹ ਸਾਰੇ MCQ ਜੋ ਮਾਰਚ ਮਹੀਨੇ ਦੇ ਕਰੰਟ ਅਫੇਅਰ ਦੇ ਨਾਲ ਰਿਲੇਟਡ ਇੰਪੋਰਟੈਂਟ ਬਣ ਸਕਦੇ ਆ ਉਹ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਇਹ ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਤੇ ਟ੍ਰੈਂਡਿੰਗ ਆ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਮੈਂ ਤੁਹਾਡੇ ਲਈ ਸਾਰੇ ਹੀ MCQ ਸਿਲੈਕਟਡ ਅਤੇ ਇੰਪੋਰਟੈਂਟ ਲਏ ਆ ਤੋ ਵੀਡੀਓ ਨੂੰ ਭੁੱਲ ਕੇ ਵੀ ਨਾ ਛੱਡਿਓ ਕਿਉਂਕਿ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਜਦੋਂ ਵੀ ਅਸੀਂ ਕਰੰਟ ਅਫੇਅਰ ਮੰਥਲੀ ਕਰਦੇ ਆ ਮੰਥਲੀ ਕਰੰਟ ਅਫੇਅਰ ਕਰਦੇ ਆ ਤਾਂ ਉਸ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਉਸ ਮੰਥ ਦੇ ਇੰਪੋਰਟੈਂਟ ਡੇ ਡਿਸਕਸ ਕਰਦੇ ਆ ਠੀਕ ਹੈ ਤਾਂ 1 ਮਾਰਚ ਦੀ ਗੱਲ ਕਰੀਏ ਆਪਾਂ 1 ਮਾਰਚ ਨੂੰ ਕਿਹੜਾ ਡੇ ਮਨਾਇਆ ਗਿਆ 1 ਮਾਰਚ ਨੂੰ ਮਨਾਇਆ ਗਿਆ ਜੀ ਜ਼ੀਰੋ ਭੇਦ ਭਾਵ ਦਿਵਸ ਠੀਕ ਹੈ ਐਜ਼ ਆ ਐਮਸੀਕਿਊ ਵੈਸੇ ਤਾਂ ਮੈਂ ਇੱਕ ਐਮਸੀਕਿਊ ਨੋਟ ਕੀਤਾ ਹੋਇਆ ਵਾ ਪਰ ਮੈਂ ਚਾਹੁੰਦੀ ਸੀ ਕਿ ਆਪਾਂ ਇੱਕ ਵਾਰ ਸਾਰੇ ਹੀ ਡਿਸਕਸ ਕਰ ਲਈਏ ਤਾਂ ਜੋ ਤੁਹਾਡੀ ਰਿਵੀਜ਼ਨ ਵੀ ਹੋ ਜੇ ਤੇ ਤੁਹਾਨੂੰ ਯਾਦ ਵੀ ਰਹਿ ਜਾਣ ਇਹ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਦੇਖੋ 1 ਮਾਰਚ ਦੀ ਗੱਲ ਕਰੀਏ ਤਾਂ 1 ਮਾਰਚ ਨੂੰ ਹਾਂ ਜੀ 1 ਮਾਰਚ ਨੂੰ ਜ਼ੀਰੋ ਭੇਦ ਭਾਵ ਦਿਵਸ ਮਨਾਇਆ ਗਿਆ ਔਰਤਾਂ ਤੇ ਲੜਕੀਆਂ ਦੁਆਰਾ ਭੇਦਭਾਵ ਅਤੇ ਸਮਾਨਤਾ ਨੂੰ ਚੁਣੌਤੀ ਦੇਣ ਦੇ ਲਈ ਹਰ ਸਾਲ 1 ਮਾਰਚ ਨੂੰ ਜ਼ੀਰੋ ਭੇਦਭਾਵ ਦਿਵਸ ਮਨਾਇਆ ਜਾਂਦਾ। ਉਸ ਤੋਂ ਬਾਅਦ ਹੈ ਜੀ 3 ਮਾਰਚ। 3 ਮਾਰਚ ਨੂੰ ਵਿਸ਼ਵ ਜੰਗਲੀ ਜੀਵ ਦਿਵਸ ਮਨਾਇਆ ਗਿਆ। ਵਣ ਜੀਵਾਂ ਤੋਂ ਸਾਨੂੰ ਜਿੰਨੀਆਂ ਵੀ ਭੋਜਨ ਅਸ਼ੁੱਧੀਆਂ ਇਸ ਤੋਂ ਇਲਾਵਾ ਹੋਰ ਅਨੇਕਾਂ ਚੀਜ਼ਾਂ ਮਿਲਦੀਆਂ ਨੇ ਠੀਕ ਹੈ ਤੇ ਉਹਨਾਂ ਲਈ ਜੰਗਲ ਜੀਵਾਂ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਹਰੇਕ ਸਾਲ 3 ਮਾਰਚ ਨੂੰ ਵਿਸ਼ਵ ਜੰਗਲੀ ਜੀਵ ਦਿਵਸ ਮਨਾਇਆ ਜਾਂਦਾ ਇੱਥੇ ਧਿਆਨ ਰੱਖਿਓ ਵਿਸ਼ਵ ਆ ਅੰਤਰਰਾਸ਼ਟਰੀਆ ਕਿ ਰਾਸ਼ਟਰੀਆ ਠੀਕ ਹੈ ਉਸ ਤੋਂ ਬਾਅਦ 4 ਮਾਰਚ ਨੂੰ ਰਾਸ਼ਟਰੀ ਸੁਰੱਖਿਆ ਦਿਵਸ ਵਿਸ਼ਵ ਮੋਟਾਪਾ ਦਿਵਸ ਮਨਾਇਆ ਗਿਆ ਰਾਸ਼ਟਰੀ ਸੁਰੱਖਿਆ ਦਿਵਸ ਦੀ ਜੇ ਗੱਲ ਕਰੀਏ ਸੁਰੱਖਿਅਤ ਕੰਮਕਾਜ ਨੂੰ ਵਧਾਵਾ ਦੇਣ ਅਤੇ ਸਾਰੇ ਪਹਿਲੂਆਂ ਵਿੱਚ ਲੋਕਾਂ ਦੀ ਸੁਰੱਖਿਆ ਨਿਸ਼ਚਿਤ ਕਰਨ ਦੇ ਉਦੇਸ਼ ਨਾਲ 4 ਮਾਰਚ ਨੂੰ ਰਾਸ਼ਟਰੀ ਸੁਰੱਖਿਆ ਦਿਵਸ ਮਨਾਇਆ ਜਾਂਦਾ ਠੀਕ ਹੈ ਤੇ ਵਿਸ਼ਵ ਮੋਟਾਪਾ ਦਿਵਸ ਖਾਣ ਪੀਣ ਦੇ ਬਦਲਾਅ ਦੀ ਵਜ੍ਹਾ ਕਰਕੇ ਮੋਟਾਪਾ ਇੱਕ ਜਿਹੜੀ ਜਰਨਲ ਸਮੱਸਿਆ ਬਣ ਚੁੱਕਿਆ ਤੇ ਮੋਟਾਪੇ ਤੋਂ ਹੋਣ ਵਾਲੀਆਂ ਪ੍ਰੋਬਲਮਸ ਦੇ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰੇਕ ਸਾਲ ਵਿਸ਼ਵ ਮੋਟਾਪਾ ਦਿਵਸ 4 ਮਾਰਚ ਨੂੰ ਮਨਾਇਆ ਜਾਂਦਾ 6 ਮਾਰਚ ਨੂੰ ਵਿਸ਼ਵ ਟੈਨਿਸ ਦਿਵਸ ਮਨਾਇਆ ਜਾਂਦਾ ਲੋਕਾਂ ਦੇ ਲਈ ਪੂਰੇ ਦੇਸ਼ ਦੇ ਵਿੱਚ ਟੈਨਿਸ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਖੇਡ ਬਾਰੇ ਜਾਗਰੂਕਤਾ ਵਧਾਉਣ ਵਧਾਉਣ ਦੇ ਲਈ ਇਹ ਜਿਹੜਾ ਦਿਵਸ ਆ ਉਹ ਮਨਾਇਆ ਜਾਂਦਾ ਠੀਕ ਹੈ ਲੋਕਾਂ ਦੇ ਮਨਾ ਵਿੱਚ ਪੂਰੇ ਦੇਸ਼ ਦੇ ਵਿੱਚ ਟੈਨਿਸ ਦੀ ਜਗ੍ਹਾ ਵਧਾਉਣ ਦੇ ਲਈ ਇਹ ਦਿਨ ਮਨਾਇਆ ਜਾਂਦਾ 6 ਮਾਰਚ ਨੂੰ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਨੋ ਸਮੋਕਿੰਗ ਡੇ ਮਨਾਇਆ ਜਾਂਦਾ ਅੰਤਰਰਾਸ਼ਟਰੀ ਮਹਿਲਾ ਦਿਵਸ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਇਹ 8 ਮਾਰਚ ਨੂੰ ਮਨਾਇਆ ਜਾਂਦਾ ਮਹਿਲਾਵਾਂ ਅਤੇ ਪੁਰਸ਼ਾਂ ਦੇ ਵਿੱਚ ਸਮਾਨਤਾ ਦੇ ਸਿਧਾਂਤ ਦੀ ਪੁਸ਼ਟੀ ਕਰਨ ਦੇ ਲਈ ਹਰ ਸਾਲ 8 ਮਾਰਚ ਨੂੰ ਵਰਲਡ ਇੰਟਰਨੈਸ਼ਨਲ ਊਮਨ ਡੇ ਆ ਜਿਹੜਾ ਉਹ ਮਨਾਇਆ ਜਾਂਦਾ ਤੇ ਇਸ ਵਾਰ ਦੇ 2023 ਦੇ ਮਹਿਲਾ ਦਿਵਸ ਦੀ ਥੀਮ ਕੀ ਹੈ ਐਮਬਰਸ ਇਕੁਐਲਿਟੀ ਠੀਕ ਹੈ ਤੇ 9 ਮਾਰਚ ਨੂੰ ਮਨਾਇਆ ਗਿਆ ਜੀ ਵਿਸ਼ਵ ਗੁਰਦਾ ਦਿਵਸ ਕਿਹੜਾ ਦਿਵਸ ਵਿਸ਼ਵ ਗੁਰਦਾ ਦਿਵਸ ਇਹ 9 ਮਾਰਚ ਨੂੰ ਮਨਾਇਆ ਗਿਆ ਹਾਂਜੀ ਇੱਕ ਨੋ ਸਮੋਕਿੰਗ ਵਾਲਾ ਦੱਸਿਆ ਸੀ ਮੈਂ ਤੁਹਾਨੂੰ ਨੋ ਸਮੋਕਿੰਗ ਡੇ ਨੋ ਸਮੋਕਿੰਗ ਡੇ ਆ ਜਿਹੜਾ ਇਹ ਅਸਲ ਦੇ ਵਿੱਚ ਮਾਰਚ ਦੇ ਦੂਜੇ ਬੁੱਧਵਾਰ ਮਨਾਇਆ ਜਾਂਦਾ ਠੀਕ ਹੈ ਇਹਨੂੰ ਇੱਥੇ ਇਹ ਐਕਸਟਰਾ ਫੈਕਟ ਆ ਇੱਕ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਰ ਇੱਕ ਸਾਲ ਨਹੀਂ ਮਨਾਇਆ ਜਾਂਦਾ ਇਹ ਅਸਾ ਮਤਲਬ ਕਿ ਮਨਾਇਆ ਤਾਂ ਹਰ ਇੱਕ ਸਾਲ ਜਾਂਦਾ ਪਰ 8 ਮਾਰਚ ਨੂੰ ਨਹੀਂ ਮਨਾਇਆ ਜਾਂਦਾ ਕਿਉਂਕਿ ਮਾਰਚ ਦੇ ਦੂਜੇ ਬੁੱਧਵਾਰ ਨੂੰ ਮਨਾਇਆ ਜਾਂਦਾ ਨੋ ਸਮੋਕਿੰਗ ਦੇ ਤੇ ਬੁੱਧਵਾਰ ਇਸ ਵਾਰ ਮਾਰਚ ਦਾ ਦੂਜਾ ਬੁੱਧਵਾਰ 8 ਮਾਰਚ ਦਾ ਸੀ ਇਸ ਕਰਕੇ 8 ਮਾਰਚ ਨੂੰ ਮਨਾਇਆ ਗਿਆ ਸਮੋਕਿੰਗ ਦੇ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰ ਇੱਕ ਸਾਲ ਇਹ ਮਨਾਇਆ ਜਾਂਦਾ ਠੀਕ ਹੈ ਜੀ ਕਦੋਂ ਬੁੱਧਵਾਰ ਨੂੰ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਵਿਸ਼ਵ ਗੁਰਦਾ ਦਿਵਸ ਮਨਾਇਆ ਗਿਆ ਕਦੋਂ ਮਨਾਇਆ ਗਿਆ ਹੈ ਇਹ ਮਨਾਇਆ ਗਿਆ ਜੀ 9 ਮਾਰਚ ਨੂੰ ਠੀਕ ਹੈ ਤੇ 10 ਮਾਰਚ ਨੂੰ CISF ਦਾ 45ਵਾਂ ਸਥਾਪਨਾ ਦਿਵਸ ਮਨਾਇਆ ਗਿਆ CISF ਜਾਨਕੀ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਇਸ ਦੀ ਸਥਾਪਨਾ ਹੋਈ ਸੀ ਕਦੋਂ ਹੋਈ ਸੀ 10 ਮਾਰਚ 1969 ਨੂੰ ਤੇ ਇਸ ਦਾ ਹੈੱਡਕੁਆਰਟਰ ਨਵੀਂ ਦਿੱਲੀ ਦੇ ਵਿੱਚ ਐਟ ਪ੍ਰੈਸੈਂਟ ਇਸ ਦੇ ਡਾਇਰੈਕਟਰ ਜਨਾ ਕੌਣ ਨੇ ਸੀਲ ਵਰਧਨ ਸੀ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਤੇ ਨੈਕਸਟ ਹੈ ਜੀ 14 ਮਾਰਚ 14 ਮਾਰਚ ਨੂੰ ਅੰਤਰਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ ਠੀਕ ਹੈ ਕਿਹੜਾ ਦਿਵਸ ਮਨਾਇਆ ਗਿਆ 14 ਮਾਰਚ ਨੂੰ ਅੰਤਰਰਾਸ਼ਟਰੀ ਗਣਿਤ ਦਿਵਸ ਇਹ ਤੁਸੀਂ ਧਿਆਨ ਚ ਰੱਖਣਾ ਤੇ ਅੰਤਰਰਾਸ਼ਟਰੀ ਪਾਈ ਦਿਵਸ ਮਨਾਇਆ ਗਿਆ ਦੇਖੋ ਪਾਈ ਦੀ ਕੀ ਵੈਲਿਊ ਹੁੰਦੀ ਆ ਪਾਈ ਦਾ ਪਾਈ ਦੀ ਜਿਹੜੀ ਕੀਮਤ ਆ ਉਹ ਹੁੰਦੀ ਆ 3.14 ਠੀਕ ਹੈ 3.14 ਹੀ ਹੁੰਦੀ ਆ ਨਾ ਤੇ 3.14 ਦਾ ਮਤਲਬ ਆ 14 ਮਾਰਚ ਠੀਕ ਹੈ 14 ਮਾਰਚ ਪਾਈ ਨੂੰ ਅਸੀਂ ਕੀ ਬੋਲਦੇ ਹਾਂ ਪਾਈ ਇਹਦਾ ਮਤਲਬ ਹੁੰਦਾ 22/7 ਤੇ ਨੂੰ ਅੱਗੇ ਡਿਵਾਈਡ ਕਰਦੇ ਆ ਤਾਂ 3.141 ਦਾ ਵਾ ਕਿਸੇ ਜਗ੍ਹਾ ਤੇ ਅਸੀਂ 10th ਕਲਾਸ ਦੇ ਵਿੱਚ ਇਹ ਵੀ ਯੂਜ਼ ਕਰਦੇ ਸੀ ਤਾਂ 14 ਮਾਰਚ ਨੂੰ ਪਾਈ ਦਿਵਸ ਮਨਾਇਆ ਜਾਂਦਾ 14 ਮਤਲਬ 14 ਤੇ 3 ਮਤਲਬ 3 ਮਾਰਚ ਠੀਕ ਹੈ 3 ਮਾਰਚ ਨੂੰ ਅਬ 3 ਮਤਲਬ ਮਾਰਚ ਆ 14 ਮਾਰਚ ਨੂੰ ਮਨਾਇਆ ਜਾਂਦਾ ਠੀਕ ਹੈ ਜੀ ਇਹ ਤੁਸੀਂ ਧਿਆਨ ਚ ਰੱਖਣਾ ਅੰਤਰਰਾਸ਼ਟਰੀ ਗਣਿਤ ਦਿਵਸ ਵੀ 14 ਮਾਰਚ ਨੂੰ ਹੀ ਮਨਾਇਆ ਜਾਂਦਾ ਉਸ ਤੋਂ ਬਾਅਦ ਆ ਗਿਆ ਜੀ 15 ਮਾਰਚ 15 ਮਾਰਚ ਨੂੰ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮਨਾਇਆ ਜਾਂਦਾ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਅ ਅਧਿਕਾਰਾਂ ਅਤੇ ਜ਼ਰੂਰਤਾਂ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰ ਇੱਕ ਸਾਲ ਵਿਸ਼ਵ ਖਪਤਕਾਰ ਦਿਵਸ ਆ ਜਿਹੜਾ ਉਹ ਮਨਾਇਆ ਜਾਂਦਾ ਅਧਿਕਾਰ ਦਿਵਸ 16 ਮਾਰਚ ਨੂੰ ਰਾਸ਼ਟਰੀ ਟੀਕਾਕਰਨ ਦਿਵਸ ਮਨਾਇਆ ਗਿਆ ਕਿਉਂਕਿ 16 ਮਾਰਚ 1975 ਦੇ ਵਿੱਚ ਇੰਡੀਆ ਦੇ ਵਿੱਚ ਪਹਿਲੀ ਵਾਰ ਓਰਲ ਪੋਲਿੰਗ ਵੈਕਸੀਨ ਲਗਾਈ ਗਈ ਸੀ ਇਸ ਕਰਕੇ ਹਰੇਕ ਸਾਲ 16 ਮਾਰਚ ਨੂੰ ਰਾਸ਼ਟਰੀ ਟੀਕਾਕਰਨ ਦਿਵਸ ਆ ਜਿਹੜਾ ਇਹ ਮਨਾਇਆ ਜਾਂਦਾ ਵਾ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਅੱਗੇ ਆ ਗਿਆ 17 ਮਾਰਚ 17 ਮਾਰਚ ਨੂੰ ਵਿਸ਼ਵ ਨੀਂਦ ਦਿਵਸ ਮਨਾਇਆ ਜਾਂਦਾ ਵਿਸ਼ਵ ਨੀਂਦ ਦਿਵਸ ਹਰ ਸਾਲ ਮਾਰਚ ਦੇ ਤੀਸਰੇ ਸ਼ੁੱਕਰਵਾਰ ਮਨਾਇਆ ਜਾਂਦਾ ਹੈ ਠੀਕ ਹੈ ਤੇ ਕਿਉਂ ਮਨਾਇਆ ਜਾਂਦਾ ਗੁਣਵੱਤਾ ਪੂਰਨ ਨੀਂਦ ਦੇ ਮਹੱਤਵ ਨੂੰ ਵਧਾਉਣ ਦੇ ਲਈ ਹਰੇਕ ਸਾਲ ਵਿਸ਼ਵ ਨੀਂਦ ਦਿਵਸ 17 ਮਾਰਚ ਨੂੰ ਮਨਾਇਆ ਜਾਂਦਾ 18 ਮਾਰਚ ਨੂੰ ਗਲੋਬਲ ਰੀਸਾਈਕਲਿੰਗ ਦਿਵਸ ਮਨਾਇਆ ਜਾਂਦਾ ਵਾਤਾਵਰਨ ਤੇ ਪਲਾਸਟਿਕ ਦੇ ਹਾਨੀਕਾਰਕ ਪ੍ਰਭਾਵ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰ ਸਾਲ 18 ਮਾਰਚ ਨੂੰ ਗਲੋਬਲ ਰੀਸਾਈਕਲਿੰਗ ਦਿਵਸ ਮਨਾਇਆ ਜਾਂਦਾ ਠੀਕ ਹੈ ਜੀ ਨੈਕਸਟ ਹੈ 20 ਮਾਰਚ 20 ਮਾਰਚ ਨੂੰ ਅੰਤਰਰਾਸ਼ਟਰੀ ਖੁਸ਼ੀ ਦਿਵਸ ਮਨਾਇਆ ਜਾਂਦਾ ਤੇ ਹੋਰ ਕਿਹੜਾ ਦਿਵਸ ਮਨਾਇਆ ਜਾਂਦਾ 20 ਮਾਰਚ ਨੂੰ ਤੇ ਹੋਰ ਮਨਾਇਆ ਜਾਂਦਾ ਵਾ ਜੀ ਵਿਸ਼ਵ ਔਰਲ ਸਿਹਤ ਦਿਵਸ ਤੇ ਵਿਸ਼ਵ ਛਿੜੀ ਦਿਵਸ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਇਹ ਕਦੋਂ ਮਨਾਏ ਜਾਂਦੇ ਆ ਇਹ 20 ਮਾਰਚ ਨੂੰ ਮਨਾਏ ਜਾਂਦੇ ਆ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਤੇ 21 ਮਾਰਚ ਨੂੰ ਅੰਤਰਰਾਸ਼ਟਰੀ ਜੰਗਲਾਤ ਦਿਵਸ ਨੂੰ ਮਨਾਇਆ ਗਿਆ ਨਸਲੀ ਵਿਤਕਰੇ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਠੀਕ ਹੈ ਅੱਗੇ ਫਿਰ ਆ ਗਿਆ ਮਾਰਚ ਆ ਦੀ ਗੱਲ ਕਰੀਏ ਆਪਾਂ 22 ਮਾਰਚ ਦੀ ਤਾਂ 22 ਮਾਰਚ ਨੂੰ ਵਿਸ਼ਵ ਜਲ ਦੀ ਜਲ ਦਿਵਸ ਮਨਾਇਆ ਗਿਆ 22 ਮਾਰਚ ਨੂੰ ਕਿਹੜਾ ਦਿਵਸ ਮਨਾਇਆ ਗਿਆ ਵਿਸ਼ਵ ਜਲ ਦਿਵਸ ਜਲ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਦੇ ਬਾਰੇ ਜਲ ਸੰਕਟ ਦੇ ਬਾਰੇ ਇਹ ਜਿਹੜਾ ਦਿਵਸ ਆ ਇਹ ਮਨਾਇਆ ਗਿਆ ਵਾ ਕਦੋਂ ਮਨਾਇਆ ਗਿਆ 22 ਮਾਰਚ ਨੂੰ ਮਨਾਇਆ ਗਿਆ ਠੀਕ ਹੈ ਜੀ ਤੇ 23 ਮਾਰਚ ਨੂੰ ਵਿਸ਼ 23 ਮਾਰਚ ਨੂੰ ਤਾਂ ਵੈਸੇ ਤੁਹਾਨੂੰ ਪਤਾ ਸਹੀਦੀ ਦਿਵਸ ਵੀ ਮਨਾਇਆ ਜਾਂਦਾ ਠੀਕ ਹੈ ਸਹੀਦੀ ਦਿਵਸ ਤੇ ਇੱਥੇ ਯਾਦ ਰੱਖਣਾ 23 ਮਾਰਚ ਨੂੰ ਹੀ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦਿੱਤੀ ਗਈ ਸੀ ਤਾਂ 23 ਮਾਰਚ ਨੂੰ ਸਹੀਦੀ ਦਿਵਸ ਮਨਾਇਆ ਜਾਂਦਾ ਇੱਕ ਹੁੰਦਾ ਸ਼ਹੀਦ ਦਿਵਸ ਇਹ 30 ਜਨਵਰੀ ਨੂੰ ਮਨਾਇਆ ਜਾਂਦਾ ਕਿਉਂਕਿ ਮਹਾਤਮਾ ਗਾਂਧੀ ਦੀ ਹੱਤਿਆ ਹੋਈ ਸੀ 30 ਜਨਵਰੀ ਨੂੰ ਇਸ ਕਰਕੇ ਸਹੀਦ ਦਿਵਸ ਤੇ ਸਹੀਦੀ ਦਿਵਸ 'ਚ ਫਰਕ ਆ ਸਮਝ ਲੈਣ ਨੂੰ ਠੀਕ ਹੈ ਜੀ ਤੇ 23 ਮਾਰਚ ਨੂੰ ਹੋਰ ਕੀ ਮਨਾਇਆ ਗਿਆ ਵਿਸ਼ਵ ਮੌਸਮ ਵਿਗਿਆਨ ਦਿਵਸ ਅਸਲ ਦੇ ਵਿੱਚ 23 ਮਾਰਚ 1950 ਨੂੰ ਵਿਸ਼ਵ ਮੌਸਮ ਵਿਗਿਆਨ ਦੀ ਸਥਾਪਨਾ ਹੋਈ ਸੀ ਇਸ ਕਰਕੇ 23 ਮਾਰਚ ਨੂੰ ਵਿਸ਼ਵ ਮੌਸਮ ਵਿਗਿਆਨ ਦਿਵਸ ਮਨਾਇਆ ਜਾਂਦਾ ਅੱਗੇ ਆ 24 ਮਾਰਚ 24 ਮਾਰਚ ਨੂੰ ਮਨਾਇਆ ਜਾਂਦਾ ਵਿਸ਼ਵ ਤੱਪਦਿਕ ਦਿਵਸ ਟੀਵੀ ਦੇ ਵਿਨਾਸ਼ਕਾਰੀ ਸਮਾਜਿਕ ਅਤੇ ਆਰਥਿਕ ਅਤੇ ਸਿਹਤ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਵਧਾਉਣ ਦੇ ਲਈ ਹਰੇਕ ਸਾਲ ਜਾਗਰੂਕਤਾ ਵਧਾਉਣ ਦੇ ਲਈ ਹਰੇਕ ਸਾਲ 24 ਮਾਰਚ ਨੂੰ ਰੇਸ਼ਵ ਤਬਦਿਕ ਦੇਵਸਾ ਜਿਹੜਾ ਮਨਾਇਆ ਜਾਂਦਾ ਹੁਣ ਇਹਦੇ ਲਈ 24 ਮਾਰਚ ਹੀ ਕਿਉਂ ਚੁਣੀ ਗਈ ਹੈ ਅਸਲ ਦੇ ਵਿੱਚ 24 ਮਾਰਚ 1882 ਦੇ ਵਿੱਚ ਡਾਕਟਰ ਰੋਬਰਟ ਕੋਚ ਨੇ ਮਾਈਕਰੋ ਬੈਕਟੀਰੀਅਮ ਮਾਈਕਰੋ ਬੈਕਟੀਰੀਅਮ ਟਿਊਬਰਕਲੋਸਿਸ ਦੀ ਖੋਜ ਕੀਤੀ ਸੀ ਟਿਊਬਰਕਲੋਸਿਸ ਦੀ ਖੋਜ ਕੀਤੀ ਸੀ ਅਤੇ ਇਸ ਦੀ ਖੋਜ ਤੋਂ ਬਾਅਦ ਟੀਵੀ ਦਾ ਇਲਾਜ ਜਿਹੜਾ ਉਹ ਸੰਭਵ ਹੋ ਪਾਇਆ ਸੀ ਇਸ ਕਰਕੇ 24 ਮਾਰਚ ਨੂੰ ਇਹ ਜਿਹੜਾ ਦਿਵਸ ਦਾ ਵਿਸ਼ਵ ਤਪਦਿਕ ਦਿਵਸ ਮਨਾਇਆ ਜਾਂਦਾ ਅੱਗੇ ਆ ਜੀ 25 ਮਾਰਚ 25 ਮਾਰਚ ਨੂੰ ਅਨਜਮੇ ਬੱਚਿਆਂ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਜਾਨੀ ਕਿ ਇਹ ਜਿਹੜਾ ਦਿਵਸ ਹੈ ਇਹ ਭਰੂਣ ਹੱਤਿਆ ਨੂੰ ਰੋਕਣ ਦੇ ਲਈ ਮਨਾਇਆ ਜਾਂਦਾ ਜਦੋਂ ਦੇਖੋ ਅਵੋਸ਼ਨ ਚੱਲਿਆ ਸੀ ਨਾ ਇਹ ਭਰੂਣ ਹੱਤਿਆ ਦੀ ਤਕਨੀਕ ਆਈ ਸੀ ਉਸ ਤੋਂ ਬਾਅਦ ਲੋਕਾਂ ਨੇ ਇਸ ਦਾ ਮਿਸਯੂਜ਼ ਕਰਨਾ ਸ਼ੁਰੂ ਕੀਤਾ ਇਸ ਕਰਕੇ 25 ਮਾਰਚ ਨੂੰ ਅੰਜਮੇ ਬੱਚੇ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਇਸ ਦੀ ਥੀਮ ਦਾ ਡਿਗਨਿਟੀ ਐਂਡ ਦਾ ਵੈਲਿਊ ਆਫ ਚਿਲਡਰਨਸ ਨੈਕਸਟ ਹੈ ਜੀ 27 ਮਾਰਚ 27 ਮਾਰਚ ਨੂੰ ਮਨਾਇਆ ਜਾਂਦਾ ਵਿਸ਼ਵ ਰੰਗਮંચ ਦਿਵਸ ਥੀਏਟਰ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਹ ਜਿਹੜਾ ਵਿਸ਼ਵ ਰੰਗਮંચ ਦਿਵਸ ਆ 27 ਮਾਰਚ ਨੂੰ ਮਨਾਇਆ ਜਾਂਦਾ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਇੰਪੋਰਟੈਂਟ ਹੈ ਤੇ ਇਸ ਇਹਦੀ ਥੀਮ ਕੀ ਹੈ ਇਸ ਵਾਰ ਦੀ ਥੀਮ ਹੈਗੀ ਹੈ ਥੀਏਟਰ ਐਂਡ ਦਾ ਕਲਚਰ ਆਫ ਪੀਸ ਨੈਕਸਟ ਐਜ਼ ਇ 3 ਮਾਰਚ 3 ਮਾਰਚ ਨੂੰ ਕਿਹੜਾ ਦਿਵਸ ਮਨਾਇਆ ਗਿਆ 3 ਮਾਰਚ ਨੂੰ ਮਨਾਇਆ ਜਾਂਦਾ ਵਾ ਜੀ ਅੰਤਰਰਾਸ਼ਟਰੀ ਜ਼ੀਰੋ ਵੇਸਟ ਦਿਵਸ ਐਂਡ ਰਾਜਸਥਾਨ ਸਥਾਪਨਾ ਦਿਵਸ ਠੀਕ ਹੈ ਇਹ 3 ਮਾਰਚ ਨੂੰ ਮਨਾਇਆ ਜਾਂਦਾ ਦੇਖੋ ਜ਼ੀਰੋ ਦੀ ਗੱਲ ਕਰੀਏ ਜ਼ੀਰੋ ਵੇਸਟ ਸੰਯੁਕਤ ਰਾਸ਼ਟਰ ਦਾ ਇੱਕ ਡਾਟਾ ਵਾ ਇਸ ਡਾਟਾ ਦੇ ਅਕੋਰਡਿੰਗ ਪ੍ਰਤੀ ਦਿਨ 2.24 ਅਰਬਨ ਨਗਰੀ ਕਚਰਾ ਜਾਨੀ ਕਿ ਕੂੜਾ ਕਰਕਟ ਉਤਪੰਨ ਕਰਦੀ ਹੈ ਤੇ ਇਸ ਕੂੜਾ ਕਰਕਟ ਨੂੰ ਘਟ ਕਰਨ ਅਤੇ ਟਿਕਾਊ ਉਤਪਾਦਨ ਦਾ ਉਪਯੋਗ ਕਰਨ ਦੇ ਲਈ ਹਰੇਕ ਸਾਲ 30 ਮਾਰਚ ਨੂੰ ਅੰਤਰਰਾਸ਼ਟਰੀ ਜ਼ੀਰੋ ਵੇਸਟ ਦਿਵਸ ਬਣਾਇਆ ਜਾਂਦਾ ਤੇ ਰਾਜਸਥਾਨ ਸਥਾਪਨਾ ਦਿਵਸ ਦੀ ਗੱਲ ਕਰੀਏ ਤਾਂ ਤੁਹਾਨੂੰ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ ਨਾ ਕਿ ਸਥਾਪਨਾ ਹੋਈ ਸੀ ਰਾਜਸਥਾਨ ਦੀ 30 ਮਾਰਚ ਨੂੰ ਇਸ ਕਰਕੇ ਰਾਜਸਥਾਨ ਦਾ ਜਿਹੜਾ ਸਥਾਪਨਾ ਦਿਵਸ ਆ ਮਨਾਇਆ ਜਾਂਦਾ ਵਾ ਠੀਕ ਹੈ ਇਸ ਤੋਂ ਬਾਅਦ ਆ ਜਾਂਦੀ 31 ਮਾਰਚ ਜਿਹੜੀ ਕਿ ਮੈਂ ਐਸ ਆ ਐਮਸੀਕਿਊ ਹੀ ਐਡ ਕੀਤੀ ਹੋਈ ਹੈ ਫਰਸਟ ਕੁਐਸ਼ਨ ਹਾਲ ਹੀ ਵਿੱਚ ਵਿਸ਼ਵ ਬੈਕਅਪ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਿਸ਼ਵ ਬੈਕਅਪ ਦਿਵਸ ਇਹ ਕਦੋਂ ਮਨਾਇਆ ਗਿਆ ਇਹ ਮੈਨਾਂ ਆ ਗਿਆ ਜੀ 31 ਮਾਰਚ ਨੂੰ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਦੇਖੋ ਅੱਜ ਕੱਲ ਹਰੇਕ ਇਨਸਾਨ ਦੇ ਲਈ ਡਾਟਾ ਬਹੁਤ ਇੰਪੋਰਟੈਂਟ ਹੁੰਦਾ ਜਾ ਰਿਹਾ ਉਸ ਦੇ ਕੋਲਸ ਮੈਮਰੀਜ਼ ਉਸ ਦੇ ਕੋਲ ਡਾਟਾ ਦੇ ਰੂਪ ਵਿੱਚ ਹੁੰਦੀਆਂ ਕੁਝ ਡਾਕੂਮੈਂਟਸ ਉਸ ਦੇ ਕੋਲ ਡਾਟਾ ਦੇ ਰੂਪ ਵਿੱਚ ਹੁੰਦੇ ਆ ਡਾਟਾ ਹਰ ਇਨਸਾਨ ਦੇ ਲਈ ਜ਼ਰੂਰੀ ਹੁੰਦਾ ਤੇ ਆਪਣੇ ਕੀਮਤੀ ਡਾਕੂਮੈਂਟਸ ਦੀ ਰੱਖਿਆ ਕਰਨ ਦੇ ਲਈ ਅਤੇ ਆਪਣੇ ਡਾਟਾ ਨੂੰ ਸੁਰੱਖਿਅਤ ਰੱਖਣ ਦੇ ਲਈ ਬੈਕਅਪ ਦੇ ਵਸਾ ਜਿਹੜਾ 31 ਮਾਰਚ ਨੂੰ ਬਣਾਇਆ ਜਾਂਦਾ ਠੀਕ ਹੈ ਜੀ ਇਸ ਇਸ ਦਾ ਤੁਸੀਂ ਧਿਆਨ ਰੱਖਣਾ 31 ਮਾਰਚ ਨੂੰ ਹੀ ਇੰਟਰਨੈਸ਼ਨਲ 트ਰਾਂਸਜੈਂਡਰ ਡੇ ਆਫ ਵਿਜ਼ਿਬਿਲਿਟੀ ਡੇ ਮਨਾਇਆ ਜਾਂਦਾ ਨੈਕਸਟ ਅਸੀਂ ਕਰਦੇ ਹਾਂ ਜੀ ਹਾਂਜੀ ਜੇਕਰ ਇੱਥੇ ਤੱਕ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਕਿਹੜਾ ਰਾਜ ਭਾਰਤ ਦਾ ਪਹਿਲਾ ਸਰਕਾਰੀ ਮਾਂ ਦਾ ਦੁੱਧ ਬੈਂਕ ਸਥਾਪਿਤ ਕਰੇਗਾ ਹਾਂਜੀ ਭਾਰਤ ਦਾ ਪਹਿਲਾ ਕਿਹੜਾ ਰਾਜ ਆ ਜਿਹੜਾ ਇਸ ਤਰ੍ਹਾਂ ਦਾ ਪਹਿਲਾ ਰਾਜ ਹੋਵੇਗਾ ਜਿਹੜਾ ਸਰਕਾਰੀ ਮਾਂ ਦਾ ਦੁੱਧ ਬੈਂਕ ਜਾਨੀ ਕਿ ਮਦਰ ਮਿਲਕ ਬੈਂਕ ਸਥਾਪਿਤ ਕਰੇਗਾ ਤਾਂ ਇਹ ਹੋਵੇਗਾ ਉੱਤਰਾਖੰਡ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਇਸ ਤਰ੍ਹਾਂ ਦੇ ਬੱਚਿਆਂ ਦੇ ਲਈ ਆ ਜਿਨ੍ਹਾਂ ਦੀ ਮोदर ਦਾ ਦੇਹਾਂਤ ਡਿਲੀਵਰੀ ਦੇ ਟਾਈਮ ਹੀ ਹੋ ਜਾਂਦਾ ਉਹਨਾਂ ਨੂੰ ਪੋਸ਼ਣ ਤੱਤ ਵਾਲਾ ਜਿਹੜਾ ਮਦਰ ਮਿਲਕ ਆ ਉਹ ਪ੍ਰੋਵਾਈਡ ਕਰਨ ਦੇ ਲਈ ਭਾਰਤ ਦਾ ਪਹਿਲਾ ਮਦਰ ਬੈਂਕ ਆ ਜਿਹੜਾ ਇਹ ਉੱਤਰਾਖੰਡ ਆ ਜਿਹੜਾ ਉਹ ਖੋਲਣ ਜਾ ਰਿਹਾ ਹੈ ਸਥਾਪਿਤ ਕਰਨ ਜਾ ਰਿਹਾ ਹੈ ਠੀਕ ਹੈ ਜੀ ਹੁਣ ਉੱਤਰਾਖੰਡ ਕਰੇਗਾ ਉੱਤਰਾਖੰਡ ਦੀ ਕੈਪੀਟਲ ਕੀ ਆ ਦਹਿਰਾਦੂਣਾ ਠੀਕ ਹੈ ਤੇ ਉੱਤਰਾਖੰਡ ਦੀ ਸਮਰ ਕੈਪੀਟਲ ਆ ਗਿਆਰਸੀ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਉੱਤਰਾਖੰਡ ਦੇ ਵਿੱਚ ਬਣਾਇਆ ਗਿਆ ਸੀ ਜਿਸ ਦਾ ਨਾਮ ਆ ਹੈਲੀ ਨੈਸ਼ਨਲ ਪਾਰਕ ਠੀਕ ਹੈ ਇਸ ਦੀ ਸਥਾਪਨਾ ਹੋਈ ਸੀ 1900 36 ਨੂੰ ਹੈਲੀ نیشنل پارک ਦੀ ਇਹ ਭਾਰਤ ਦਾ ਪਹਿਲਾ نیشنل پارک ਬਣਿਆ ਸੀ ਵਰਤਮਾਨ ਸਮੇਂ ਇਸ ਦਾ ਨਾਮ ਹੈ ਜਿਮ ਕਾਰਬਿਟ نیشنل پارک ਉੱਤਰਾਖੰਡ ਦੇ ਵਿੱਚ ਹੈਲੀ نیشنل پارک ਜਿਹਨੂੰ ਅਸੀਂ ਜਿਮ ਕਾਰਬਿਟ نیشنل پارک ਦੇ ਨਾਮ ਨਾਲ ਜਾਣਦੇ ਹਾਂ ਇਸ ਗੱਲ ਦਾ ਧਿਆਨ ਰੱਖਣਾ ਉੱਤਰਾਖੰਡ ਦੇ ਵਿੱਚ ਗੰਗੋਤਰੀ نیشنل پارک ਰਾਜਾਜੀ نیشنل پارک ਨੰਦਾਦੇਵੀ نیشنل پارک ਵੈਲੀ ਆਫ ਫਲਾਵਰਸ نیشنل پارک ਗੋਵਿੰਦ ਪਸ਼ੂ ਵਿਹਾਰ نیشنل پارک ਉਤਰਾਖੰਡ ਦੇ ਫੇਮਸ ਲੋਕਨਾਚਾ ਕਮਾਉਣੀ ਗੜਵਾਲੀ ਟਹਿਰੀ ਬਨ ਯੋਜਨਾ ਉਤਰਾਖੰਡ ਰਾਜ ਵਿੱਚ ਸਥਿਤ ਸਭ ਤੋਂ ਉੱਚੀ ਚੋਟੀ ਨੰਦਾ ਦੇਵੀ ਉਤਰਾਖੰਡ ਰਾਜ ਦੇ ਵਿੱਚ ਉਤਰਾਖੰਡ ਦੇ ਵਿੱਚ ਫੁੱਲਾਂ ਦੀ ਕਾਟੀ ਆ ਠੀਕ ਹੈ ਜੀ ਤੇ ਉਤਰਾਖੰਡ ਨੂੰ ਤੁਸੀਂ ਮੈਪ ਵਿੱਚ ਵੀ ਦੇਖ ਸਕਦੇ ਹੋ ਇਸ ਦੇ ਚੀਫ ਮਿਨਿਸਟਰ ਪੁਸ਼ਕਰ ਸਿੰਘ ਧਾਮੀ ਐਟ ਪ੍ਰੈਸੈਂਟ ਤੇ ਗਵਰਨਰ ਗੁਰਮੀਤ ਸਿੰਘ ਜੇਕਰ ਉਤਰਾਖੰਡ ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਭਾਰਤ ਤੇ ਉਜਵਿਕੀ ਸਥਾਨ ਸਿਕਲਾਈ ਅਭਿਆਸ ਡਸਟ ਲਿਕ ਇਹ ਉੱਤਰਾਖੰਡ ਦੇ ਵਿੱਚ ਸ਼ੁਰੂ ਹੋਇਆ ਠੀਕ ਹੈ ਕਿ ਦੇ ਵਿੱਚਕਾਰ ਹੁੰਦਾ ਭਾਰਤ ਅਤੇ ਉਜ਼ਵੇਕਿਸਤਾਨ ਦੇ ਵਿੱਚਕਾਰ ਹੁੰਦਾ ਕਿਹੜਾ ਅਭਿਆਸ ਆ ਡਸਟਲਿਕ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਦੇਖੋ ਪਿਛਲੇ ਸਾਲ ਕਾਂਸਟੇਬਲ ਦੇ ਐਗਜ਼ਾਮ ਦੇ ਵਿੱਚ ਡਿਫੈਂਸ ਐਕਸਰਸਾਈਜ਼ ਪੁੱਛੀਆਂ ਗਈਆਂ ਸੀ ਤੇ ਤੁਸੀਂ ਯਾਦ ਰੱਖਣਾ ਹੁਣ ਉੱਤਰਾਖੰਡ ਵਿੱਚ ਨਕਲ ਵਿਰੋਧੀ ਕਾਨੂੰਨ ਲਾਗੂ ਹੋਇਆ ਜਣ ਕੇ ਜੇਕਰ ਕੋਈ ਵੀ ਸਟੂਡੈਂਟਸ ਉੱਤਰਾਖੰਡ ਦੇ ਵਿੱਚ ਨਕਲ ਮਾਰਦਾ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਨਕਲ ਮਾਰਦਾ ਫੜਿਆ ਗਿਆ ਤਾਂ ਉਹਦੇ ਤੇ 10 ਕਰੋੜ ਲੱਖ ਰੁਪਏ ਦਾ 10 ਕਰੋੜ ਦਾ ਜੁਰਮਾਨਾ ਹੋ ਸਕਦਾ ਐਮਜ਼ ਰੇਸ਼ੀ ਕੇਸ ਨੇ ਤਬਦੀਕ ਦੀਆਂ ਬਿਮਾਰੀਆਂ ਡਰੋਨ ਰਾਹੀਂ ਪਹੁੰਚਾਉਣ ਦਾ ਇੱਕ ਅਜ਼ਮਾਇਨ ਬਣਾਇਆ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਨੇ 2025 ਤੱਕ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦਾ ਵਾਅਦਾ ਕੀਤਾ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਸਿਟੀ ਬੈਂਕ ਦਾ ਪਰਚੂਨ ਕਾਰੋਬਾਰ ਕਿਸ ਬੈਂਕ ਵਿੱਚ ਸ਼ਾਮਿਲ ਹੋਇਆ ਜਿਹੜੇ ਸਟੂਡੈਂਟਸ ਨੇ ਨਾ ਹੁਣ ਫੋਰੈਸਟ ਗਾਰਡ ਦਾ ਐਗਜ਼ਾਮ ਦਿੱਤਾ ਸੀ ਤਾਂ ਉੱਥੇ ਪੀ ਐਨ ਵੀ ਪੀ ਐਨ ਵੀ ਦੇ ਨਾਲ ਰਿਲੇਟਡ ਆਇਆ ਸੀ ਕਿ ਕਿਹੜੀ ਬੈਂਕ ਉਹਦੇ ਨਾਲ ਮਿਕਸ ਹੋਈ ਆ ਤੇ ਹੁਣ ਇਹ ਵੀ ਤੁਸੀਂ ਯਾਦ ਰੱਖਣਾ ਸਿਟੀ ਬੈਂਕ ਦਾ ਪਰਚੂਨ ਕਾਰੋਬਾਰ ਕਿਸ ਬੈਂਕ ਵਿੱਚ ਸ਼ਾਮਿਲ ਹੋਇਆ ਤਾਂ ਕਿਹੜੀ ਬੈਂਕ ਵਿੱਚ ਹੋਇਆ ਐਕਸੈਸ ਬੈਂਕ ਚ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਐਕਸੈਸ ਬੈਂਕ ਦੀ ਸਥਾਪਨਾ ਕਦੋਂ ਹੋਈ ਸੀ 1993 ਦੇ ਵਿੱਚ ਇਸ ਦਾ ਹੈੱਡ ਕੁਆਰਟਰ ਕਿੱਥੇ ਆ ਮੁੰਬਈ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਸੀਈਓ ਕੌਣ ਨੇ ਅਮਿਤਾਵ ਚੌਧਰੀ ਨੈਕਸਟ ਹੈ ਜੀ ਕਿਹੜੀ 에ਅਰਲਾਈਨ ਹਾਲ ਹੀ ਵਿੱਚ ਸਭ ਤੋਂ ਵੱਡੀ ਵਿਦੇਸ਼ੀ 에ਅਰਲਾਈਨ ਵਜੋਂ ਉੱਭਰੀ ਹੈ ਹਾਂਜੀ ਰੀਸੈਂਟਲੀ ਦੁਬਈ ਦੀ ਅਮੀਰਾਤ ਜਿਹੜੀ ਅਮੀਰਾਤ 에ਅਰਲਾਈਨ ਆ ਦੁਬਈ ਦੀ 에మిਰੇਟਸ ਵੀ ਲਿਖਿਆ ਸਕਦਾ ਇੰਗਲਿਸ਼ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਕਨਵਰਟ ਹੋ ਕੇ ਤਾਂ ਇਹ ਜਿਹੜੀ 에ਅਰਲਾਈਨ ਆ ਦੁਬਈ ਦੀ ਆ ਇਹ ਦੁਨੀਆ ਦੀ ਸਭ ਤੋਂ ਵੱਡੀ ਵਿਦੇਸ਼ੀ 에ਅਰਲਾਈਨ ਵਜੋਂ ਉੱਭਰੀ ਆ অপਸ਼ਨ A ਇਜ਼ ਦਾ ਰਾਈਟ ਆਨਸਰ ਸੋ ਆਕੀਂਦੇ ਤੇ ਆ ਸਿੰਗਾਪੁਰ ਦੀ 에ਅਰਲਾਈਨਸ 3 ਤੇ ਆ థਾਈਲੈਂਡ 에ਅਰਲਾਈਨਸ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਟੌਪ 3 ਨੈਕਸਟ ਹੈ ਜੀ ਹਾਲ ਹੀ ਵਿੱਚ ਭਾਰਤਤ ਹਾਲ ਹੀ ਵਿੱਚ ਭਾਰਤ ਦੇ ਕਿਹੜੇ ਗੁਆਂਢੀ ਦੇਸ਼ ਨੇ ਸੂਰਜੀ ਊਰਜਾ ਦੀ ਵਰਤੋਂ ਕਰਨ ਲਈ PGT ਲਈ ISA ਨਾਲ ਸਮਝੌਤਾ ਕੀਤਾ ਹਾਂਜੀ ਵੈਰੀ ਇੰਪੋਰਟੈਂਟ ISA ਜਾਨੀ ਕਿ ਸੋਲ ਇੰਟਰਨੈਸ਼ਨਲ ਸੋਲਰ ਅਲਾਈਅንስ ਭਾਰਤ ਅਤੇ ਭਾਰਤ ਦੇ ਗੁਆਂਢੀ ਦੇਸ਼ ਆ ਬੰਗਲਾਦੇਸ਼ ਬੰਗਲਾਦੇਸ਼ ਨੇ ਭਾਰਤ ਅਤੇ ਬੰਗਲਾਦੇਸ਼ ਨੇ ਸੂਰਜੀ ਊਰਜਾ ਦੀ ਵਰਤੋਂ ਕਰਨ ਦੇ ਲਈ PGT ਦੇ ਲਈ ਇੰਟਰਨੈਸ਼ਨਲ ਸੋਲਰ ਅਲਾਈਅንስ ਦੇ ਨਾਲ ਸਮਝੌਤਾ ਕੀਤਾ ਆਪਸ਼ਨ B ਇਸ ਦਾ ਰਾਈਟ ਆਨਸਰ ਦੇਖੋ ਬੰਗਲਾਦੇਸ਼ ਬੰਗਲਾਦੇਸ਼ ਨੇ ਇਹ ਜਿਹੜਾ ਸਮਝੌਤਾ ਵਾ 2026 ਤੱਕ ਲਾਗੂ ਰਹੇਗਾ ਕਿਉਂ ਕਿਉਂਕਿ ਬੰਗਲਾਦੇਸ਼ ਦਾ ਟਾਰਗੇਟ ਆ ਕਿ 2041 ਤੱਕ ਬੰਗਲਾਦੇਸ਼ ਦੀ ਜਿਹੜੀ એનર્ਜੀ ਡਿਪੈਂਡੈਂਸੀ ਆ ਉਹ 40% ਰੀਨਿਊਏਬਲ ਹੋ ਜਾਵੇ ਤੇ ਇਹ ਤੁਸੀਂ ਦੇਖੋ ਇਹ ਵੀ ਸੁਣਿਆ ਹੋਣਾ ਇੰਟਰਨੈਸ਼ਨਲ ਸੋਲਰ ਅਲਾਈንስ ਤੁਸੀਂ ਕਰਕ੍ਰੇਖਾ ਦਾ ਨਾਮ ਤਾਂ ਸੁਣਿਆ ਹੋਣਾ 23 ਡਿਗਰੀ 23.23 ਡਿਗਰੀ ਉੱਤਰੀ ਅਕਸ਼ਾਂਸ਼ ਅਤੇ ਇਸੇ ਤਰ੍ਹਾਂ ਮਕਰ ਰੇਖਾ 23.2 डिग्री ਦੱਖਣੀ ਅਕਸ਼ਾਂਸ਼ ਇਹਨਾਂ ਦੋਵਾਂ ਦੇ ਵਿਚਕਾਰ ਜਿੰਨੇ ਵੀ ਦੇਸ਼ ਪੈਂਦੇ ਆ ਇਹਨਾਂ ਦਾ ਸਭ ਤੋਂ ਜ਼ਿਆਦਾ ਸਨਲਾਈਟ ਆ ਜਿਹੜੀਆਂ ਉਹ ਜ਼ਿਆਦਾ ਪੈਂਦੀਆਂ ਵਾ ਠੀਕ ਹੈ ਜਾਨੀ ਕਿ ਜਿਹੜੀ ਸੂਰਜ ਦੀ ਰੋਸ਼ਨੀ ਆ ਉਹ ਸਭ ਤੋਂ ਜ਼ਿਆਦਾ ਪੈਂਦੀ ਆ ਇਹਨਾਂ ਦੇ ਵਿੱਚਕਾਰ ਜਿੰਨੇ ਦੇਸ਼ ਪੈਂਦੇ ਆ ਤੇ ਇਹਨਾਂ ਸਾਰੇ ਦੇਸ਼ਾਂ ਦਾ ਜਿਹੜਾ ਸੰਗਠਨ ਬਣਦਾ ਉਹ ਬਣਦਾ ਵਾ ਇੰਟਰਨੈਸ਼ਨਲ ਸੋਲਰ ਅਲਾਈਅንስ ਇਹ ਕਿਉਂ ਬਣਾਇਆ ਗਿਆ ਸੀ ਤਾਂ ਜੋ ਸੂਰਜ ਦੀ ਰੋਸ਼ਨੀ ਆ ਜਿਹੜਾ ਇਸ ਦਾ ਸਹੀ ਢੰਗ ਨਾਲ ਉਪਯੋਗ ਆ ਜਿਹੜਾ ਕੀਤਾ ਜਾਵੇ ਇਸ ਊਰਜਾ ਜੁਰਜਾ ਦਾ ਵੱਧ ਤੋਂ ਵੱਧ ਪ੍ਰਯੋਗ ਕਰਨ ਦੇ ਲਈ ਬਣਾਇਆ ਗਿਆ ਸੀ ਠੀਕ ਹੈ ਇੰਟਰਨੈਸ਼ਨਲ ਸੋਲਰ ਅਲਾਈਅንስ ਤੇ ਹੁਣ ਭਾਰਤ ਅਤੇ ਬੰਗਲਾਦੇਸ਼ ਨੇ ਸੂਰਜੀ ਊਰਜਾ ਦੀ ਵਰਤੋਂ ਲਈ ਇੰਟਰਨੈਸ਼ਨਲ ਸੋਲਰ ਅਲਾਈਅንስ ਦੇ ਨਾਲ ਸਮਝੌਤਾ ਕੀਤਾ ਪੀਜੀਟੀ ਲਈ ਠੀਕ ਹੈ ਜੀ ਤੇ ਹੁਣ ਬੰਗਲਾਦੇਸ਼ ਨਾਲ ਕੀਤਾ ਵਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੰਗਲਾਦੇਸ਼ ਬੰਗਲਾਦੇਸ਼ ਦੀ ਕੈਪੀਟਲ ਕੀ ਹੈ ਤੁਹਾਡੇ ਸਾਹਮਣੇ ਆ ਵੈਸੇ ਤਾਂ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਲਿਖ ਸਕਦੇ ਹੋ ਤਾਂ ਜੋ ਲਿਖਣ ਨਾਲ ਤੁਹਾਡੇ ਤੁਹਾਨੂੰ ਜਿਹੜੀ ਇੱਕ ਤਰ੍ਹਾਂ ਨਾਲ ਇਹ ਯਾਦ ਹੋ ਜਾਏ ਪੱਕੀ ਹੋ ਜਾਏ ਤੁਹਾਡੇ ਮਾਈਂਡ ਦੇ ਵਿੱਚ ਬੰਗਲਾਦੇਸ਼ ਦੀ ਕੈਪੀਟਲ ਆ ਡਾਕਾ ਇਥੋਂ ਦੀ ਕਰੰਸੀ ਹੈ ਟਾਕਾ ਇਥੋਂ ਦੇ ਪ੍ਰਾਈਮ ਮਿਨਿਸਟਰ ਸੇਖ ਹਸਿਨਾ ਬੰਗਲਾਦੇਸ਼ ਦੀ ਹੱਦ ਦਾ ਜਿਹੜੀ ਉਹ ਭਾਰਤ ਨਾਲ ਸਭ ਤੋਂ ਜ਼ਿਆਦਾ ਲੱਗਦੀ ਆ ਟੋਟਲ ਕਿੰਨੀ ਲੱਗਦੀ ਆ 4096 ਕਿਲੋਮੀਟਰ ਦੀ ਹੱਦ ਬੰਗਲਾਦੇਸ਼ ਦੀ ਭਾਰਤ ਨਾਲ ਲੱਗਦੀ ਆ ਬੰਗਲਾਦੇਸ਼ ਨਾਲ ਭਾਰਤ ਦੇ ਪੰਜ ਰਾਜਾਂ ਦੀ ਹੱਦ ਲੱਗਦੀ ਆ ਕਿਹੜੇ-ਕਿਹੜੇ ਆ ਪੱਛਮੀ ਬੰਗਾਲ ਅਸਮ ਮੇਘਾਲਿਆ ਤ੍ਰਿਪੁਰਾ ਮਿਜ਼ੋਰਮ ਬੰਗਲਾਦੇਸ਼ 26 ਮਾਰਚ ਨੂੰ 1971 ਨੂੰ ਆਜ਼ਾਦ ਹੋਇਆ ਸੀ ਇੰਡੀਆ ਤੇ ਬੰਗਲਾਦੇਸ਼ ਦੇ ਵਿਚਕਾਰ ਸੰਪਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਬੰਗਲਾਦੇਸ਼ ਦੀ ਸੰਸਦ ਦਾ ਨਾਮ ਆ ਜਤੀ ਸੰਸਦ ਅਤੇ ਰਾਸ਼ਟਰੀ ਸੰਸਦ ਬੰਗਲਾਦੇਸ਼ ਦੇ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਹਮਪੁੱਤਰ ਨਦੀ ਨੂੰ ਯਮੁਨਾ ਦੇ ਨਾਮ ਨਾਲ ਜਾਣਿਆ ਜਾਂਦਾ ਬੰਲਾਦੇਸ਼ ਦੀ ਸਭ ਤੋਂ ਲੰਬੀ ਨਦੀ ਹੈ ਸੁਰਮਾ ਨਦੀ ਜੇਕਰ ਅਸੀਂ ਕਰੰਟ ਅਫੇਅਰ ਦੀ ਗੱਲ ਕਰੀਏ ਮੁਹੰਮਦ ਸ਼ਹਾਬੁਦੀਨ ਬੰਗਲਾਦੇਸ਼ ਦੇ ਬਾਈਮੇ ਰਾਸ਼ਟਰਪਤੀ ਬਣੇ ਗਲੋਬਲ ਜੂਥ ਕਲਾਈਮੇਟ ਸਮਿਟ ਬੰਗਲਾਦੇਸ਼ ਦੇ ਵਿੱਚ ਸ਼ੁਰੂ ਹੋਵੇਗਾ ਬੰਗਲਾਦੇਸ਼ ਦੇ ਕਰਿਕਟਰ ਰੂਬਲ ਹੁਸੈਨ ਨੇ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕੀਤਾ ਤਮੀਮ ਇਕਵਾਲ ਬਾਂਡੇ ਵਿੱਚ 8000 ਦੌੜਾਂ ਬਣਾਉਣ ਵਾਲਾ ਪਹਿਲਾ ਬੰਗਲਾਦੇਸ਼ੀ ਬੱਲੇਬਾਜ਼ ਬਣਿਆ ਨੈਕਸਟ ਹੈ ਜੀ ਏਸ਼ੀਆ ਦੀ ਹੁਣ ਤੱਕ ਦੀ ਸਭ ਤੋਂ ਲੰਬੀ ਸਾਈਕਲ ਦੌੜ ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਈ ਹਾਂਜੀ এਸ਼ੀਆ ਦੀ ਹੁਣ ਤੱਕ ਦੀ ਸਭ ਤੋਂ ਲੰਬੀ ਦੌੜ ਹੈ ਜਿਹੜੀ ਇਹ ਕਸ਼ਮੀਰ ਦੇ ਸ਼ਰੀ ਨਗਰ ਦੇ ਵਿੱਚ ਸ਼ੁਰੂ ਹੋਈ ਆ ਠੀਕ ਹੈ ਕਸ਼ਮੀਰ ਦੇ ਸ਼ਰੀ ਨਗਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹੋਈ ਸੀ ਤੇ ਲਗਭਗ 3000 ਕਿਲੋਮੀਟਰ ਤੋਂ ਜ਼ਿਆਦਾ ਮਾਤਰਾ ਇਹਨਾਂ ਨੇ ਸਾਈਕਲ ਰੇਸ ਨਾਲ ਤੈਅ ਕੀਤੀ ਸੀ ਸਾਈਕਲ ਰੇਸ ਦੇ ਵਿੱਚ ਠੀਕ ਹੈ ਜੀ অপਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਸ਼ਰੀ ਨਗਰ ਨੈਕਸਟ ਹੈ ਹਾਲ ਹੀ ਵਿੱਚ ਦੁਨੀਆ ਵਿੱਚ ਦੂਜਾ ਸਭ ਤੋਂ ਮਜ਼ਬੂਤ ਟੈਲੀਕਾਮ ਬ੍ਰਾਂਡ ਕਿਹੜਾ ਬਣਿਆ ਹਾਂਜੀ ਦੁਨੀਆ ਦੇ ਵਿੱਚ ਦੂਜਾ ਸਭ ਤੋਂ ਮਜ਼ਬੂਤ ਟੈਲੀਕਮ ਕਾਮ ਬ੍ਰਾਂਡ ਬਣਿਆ ਵਾ ਰੇਲਾਈਐਂਸ ਜੀਓ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਇਹ ਦੂਜਾ ਬਣਿਆ ਦੁਨੀਆ ਦਾ ਸਭ ਤੋਂ ਦੂਜਾ ਮਜ਼ਬੂਤ ਟੈਲੀਕਮ ਬ੍ਰਾਂਡ ਪਰ ਤੁਹਾਡੇ ਮਾਈਂਡ ਦੇ ਵਿੱਚ ਇਹ ਵੀ ਤਾਂ ਆਉਂਦਾ ਹੋਣਾ ਕਿ ਪਹਿਲਾ ਕਿਹੜਾ ਪਹਿਲਾ ਬਣਿਆ ਸਵਿਟਜ਼ਰਲੈਂਡ ਦਾ ਸਵਿਸਕਾਮ ਤੇ ਥਰਡ ਤੇ ਆਯੂਏਈ ਦਾ ਏਥੀਸਲਾਸ ਬ੍ਰਾਂਡ ਠੀਕ ਹੈ ਇਹਦਾ ਨਾਮ ਆ ਏਥੀਸਲਾਸ ਵਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਨੈਕਸਟ ਹੈ ਜੀ ਹਾਲ ਹੀ ਵਿੱਚ ਜੀਵਿਕੰਦ ਜਿਨਸੀ ਸ਼ੋਸ਼ਣ ਸਮਗਰੀ ਤੇ ਨੈਸ਼ਨਲ ਕਾਨਫਰੰਸ ਦੇ ਸਮਾਗਮ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਜੀਵਿਕੰਦ ਜਿਨਸੀ ਸ਼ੋਸ਼ਣ ਸਮਗਰੀ ਤੇ ਨੈਸ਼ਨਲ ਕਾਨਫਰੰਸ ਦੇ ਸਮਾਗਮ ਦਾ ਜਿਹੜਾ ਆਯੋਜਨ ਉਹ ਨਵੀਂ ਦਿੱਲੀ ਤੇ ਨਵੀਂ ਦਿੱਲੀ ਦੇ ਵਿੱਚ ਕੀਤਾ ਗਿਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਜੀ ਤੇ ਜੇ ਆਪਾਂ ਇਸ ਦੀ ਗੱਲ ਕਰੀਏ ਇਸ ਦਾ ਜਿਹੜਾ ਆਯੋਜਨ ਉਹ ਕੇਂਦਰੀ ਕਾਨੂੰਨ ਨਿਆਂ ਮੰਤਰੀ ਕਿਰਨ ਰਿਜੂ ਨੇ ਕੀਤਾ ਵਾ ਨੈਕਸਟ ਹੈ ਪਹਿਲਾ ਬੋਡੋਲੈਂਡ ਅੰਤਰਰਾਸ਼ਟਰੀ ਗਿਆਨ ਉਤਸਵ ਕਿੱਥੇ ਸ਼ੁਰੂ ਹੋਇਆ ਹਾਂਜੀ ਪਹਿਲਾ ਬੋਡੋਲੈਂਡ ਅੰਤਰਰਾਸ਼ਟਰੀ ਗਿਆਨ ਉਤਸਵ ਆ ਜਿਹੜਾ ਇਹ ਅਸਮ ਦੇ ਵਿੱਚ ਸ਼ੁਰੂ ਹੋਇਆ ਆ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਹੁਣ ਇਹ ਅਸਮ ਦੇ ਵਿੱਚ ਸ਼ੁਰੂ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਮ ਅਸਮ ਦੀ ਕੈਪੀਟਲ ਕੀ ਆ ਅਸਮ ਦੀ ਕੈਪੀਟਲ ਆ ਦੀਸ਼ਪੁਰ ਤੇ ਇਥੋਂ ਦੇ ਚੀਫ ਮਿਨਿਸਟਰ ਕੌਣ ਨੇ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਨੀ ਆ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਹਾਂਜੀ ਅਸਮ ਦੇ ਚੀਫ ਮਿਨਿਸਟਰ ਹਿਮੰਤਾ ਵਿਸ਼ਵਾ ਸ਼ਰਮ ਇੱਥੋਂ ਦੇ ਗਵਰਨਰ ਨੇ ਗੁਲਾਬ ਚੰਦ ਘਟਾਰੀਆ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਅਸਮ ਤੀਜੀ ਨੰਬਰ ਤੇ ਆ ਪਹਿਲੇ ਤੇ ਮੱਧ ਪ੍ਰਦੇਸ਼ ਆ ਦੂਜੇ ਤੇ ਆਂਡੇਮਾਨ ਨਿਕੋਬਰ ਆ ਅਸਮ ਦੇ ਵਿੱਚ ਰਾਇਮੋਨਾ ਨੈਸ਼ਨਲ ਪਾਰਕ ਉਰੰਗ ਨੈਸ਼ਨਲ ਪਾਰਕ ਦੇਹਿੰਗ ਪਟਕਾਈ ਨੈਸ਼ਨਲ ਪਾਰਕ ਨਮੇਰੀ ਨੈਸ਼ਨਲ ਪਾਰਕ ਮਾਨਸ ਨੈਸ਼ਨਲ ਪਾਰਕ ਡਿਵਰੂ ਸੇਖੋਵਾ ਨੈਸ਼ਨਲ ਪਾਰਕ ਆ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਇਸ ਤੋਂ ਇਲਾਵਾ ਨੈਸ਼ਨਲ ਪਾਰਕ ਤੇ ਮੈਂ ਆਲਰੇਡੀ ਵੀਡੀਓ ਬਣਾ ਚੁੱਕੀ ਹਾਂ ਤੁਸੀਂ ਨੈਸ਼ਨਲ ਪਾਰਕ ਵਾਲੀ ਜਿਹੜੀ ਵੀਡੀਓ ਦੇਖ ਸਕਦੇ ਹੋ ਬਿਲਕੁਲ ਰਾਜ ਦੇ ਅਕੋਰਡਿੰਗ ਕਰਵਾਈ ਆ ਜਿਵੇਂ ਪਹਿਲਾਂ ਅਸਮ ਦੇ ਡਿਸਕਸ ਕੀਤੇ ਆ ਫਿਰ ਮਧ ਪ੍ਰਦੇਸ਼ ਦੇ ਕੀਤੇ ਆ ਅੰਡੇਮਾਨਿਕੋਵਰ ਦੇ ਕੀਤੇ ਤਾਂ ਰਾਜਾਂ ਦੇ ਅਕੋਰਡਿੰਗ ਚਲਾਈ ਆ ਠੀਕ ਹੈ ਤੇ ਭਾਰਤ ਵਿੱਚ ਚਾਹ ਸਭ ਤੋਂ ਵੱਧ ਅਸਮ ਦੇ ਵਿੱਚ ਪੈਦਾ ਹੁੰਦੀ ਹੈ ਅਸਮ ਦੇ ਨਵੇਂ ਗਵਰਨਰ ਬਣਿਆ ਗੁਲਾਬ ਚੰਦ ਕਟਾਰੀਆ ਤੇ ਗਿਆਨੇਂਦਰ ਪ੍ਰਤਾਪ ਸਿੰਘ ਨੂੰ ਅਸਮ ਦਾ ਨਵਾਂ ਡੀਜੀਪੀ ਚੁਣਿਆ ਗਿਆ ਅਸਮ ਸਰਕਾਰ ਨੇ ਮੱਤੀਵਾਗ ਹਵਾ ਮਹਿਲ ਨੂੰ ਵਿਕਸਿਤ ਕੀਤਾ ਅਸਮ ਕੈਬਨਿਟ ਨੇ ਸਫਾਈ ਕਰਮਚਾਰੀ ਕਮਿਸ਼ਨ ਦੀ ਸਥਾਪਨਾ ਲਈ ਬਿੱਲ ਨੂੰ ਮਨਜ਼ੂਰੀ ਦਿੱਤੀ ਸਿਲਚਰ ਦੇ ਵਿੱਚ ਉੱਤਰ ਪੂਰਬ ਦੇ ਪਹਿਲੇ ਯੂਨਾਨੀ ਮੈਡੀਸਨ ਲਈ ਖੇਤਰੀ ਕੇਂਦਰ ਦਾ ਉਦਘਾਟਨ ਕੀਤਾ ਗਿਆ ਇਹ ਜੋ ਫੈਕਟ ਨੋਟ ਕੀਤੇ ਹੋਏ ਹੈ கரنٹ ਅਫੇਅਰ ਨਾਲ ਰਿਲੇਟਡ ਨੋਟ ਕੀਤੇ ਆ ਜੀਕੇ ਮੈਂ ਤੁਹਾਨੂੰ ਵੈਸੇ ਬੋਲ ਕੇ ਦੱਸ ਰਹੀ ਆ ਠੀਕ ਹੈ கரنٹ ਅਫੇਅਰ ਮਤਲਬ ਹੁਣ ਅਸਮ ਦੀ ਸਾਰੀ கரنٹ ਅਫੇਅਰ ਜਿੰਨੀ ਇੰਪੋਰਟੈਂਟ ਬਣਦੀ ਸੀ ਉਹ ਮੈਂ ਨਾਲ ਨੋਟ ਕੀਤੀ ਹੋਈ ਆ ਅਸਮ ਦੇ ਸਿਲਸਰ ਵਿੱਚ ਉੱਤਰ ਪੂਰਬ ਦੇ ਪਹਿਲੇ ਯੂਨਾਨੀ ਮੈਡੀਸਨ ਲਈ ਖੇਤਰੀ ਕੇਂਦਰ ਦਾ ਉਦਘਾਟਨ ਕੀਤਾ ਗਿਆ ਅਸਮ ਦੇ ਮੁੱਖ ਮੰਤਰੀ ਨੇ ਬਾਜ਼ਰਾ ਮਿਸ਼ਨ ਦੀ ਸ਼ੁਰੂਆਤ ਕੀਤੀ ਨੈਕਸਟ ਹੈ ਜੀ ਹਾਲ ਹੀ ਵਿੱਚ ਕਿਸ ਦੇਸ਼ ਵਿੱਚ ਭਾਰਤੀ ਹਵਾਈ ਸੈਨਾ ਨੇ ਸਨਯੂ ਮੈਤਰੀ ਅਭਿਆਸ ਵਿੱਚ ਹਿੱਸਾ ਲਿਆ ਹਾਂਜੀ ਭਾਰਤੀ ਹਵਾਈ ਸੈਨਾ ਨੇ ਸਨਯੂ ਮੈਤਰੀ ਅਭਿਆਸ ਦੇ ਵਿੱਚ ਹਿੱਸਾ ਲਿਆ ਜਾਪਾਨ ਦੇ ਵਿੱਚ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਠੀਕ ਹੈ ਹੁਣ ਜਾਪਾਨ ਦੇ ਵਿੱਚ ਲਿਆ ਗਿਆ ਤਾਂ ਜਾਪਾਨ ਦੀ ਕੈਪੀਟਲ ਕੀ ਆ ਟੋਕੀਓ ਇੱਥੋਂ ਦੀ ਕਰੰਸੀ ਆ ਜੇਨ ਤੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਕੌਣ ਨੇ ਫੋਮਿਓ ਕਿਆਸੀਦਾ ਤੇ ਜਾਪਾਨ ਆ ਜਿਹੜਾ ਭਾਰਤ ਤੇ ਜਾਪਾਨ ਵਿਚਕਾਰ ਸੰਯੁਕਤ ਸਿੱਖ ਲਈ ਅਭਿਆਸ ਹੁੰਦਾ ਧਰਮਗਾਰ ਡਿਨਰ ਭਾਰਤ ਨੇ ਜਾਪਾਨ ਨੂੰ ਪਛਾੜ ਕੇ ਵਿੱਚ ਪੱਧਰ ਤੇ ਤੀਜਾ ਸਭ ਤੋਂ ਵੱਡਾ ਆਟੋ ਬਾਜ਼ਾਰ ਬਣ ਕੇ ਉੱਭਰਿਆ ਭਾਰਤ ਭਾਰਤ ਤੇ ਜਾਪਾਨ ਵਿਚਕਾਰ ਸੰਯੁਕਤ ਅਭਿਆਸ ਬੀਰ ਗਾਰਡੀ ਔਰ ਵੀਰ ਗਾਰਡੀਨਰ ਆ ਜਿਹੜਾ ਉਹ ਪਹਿਲਾਂ ਸ਼ੁਰੂ ਹੋਇਆ ਸੀ ਹੁਣ ਸਮਾਪਤ ਵੀ ਹੋ ਗਿਆ 2023 ਦੇ ਵਿੱਚ ਠੀਕ ਹੈ ਧਰਮ ਗਾਰਡੀਨਰ ਵੀ ਆ ਸਕਦਾ ਵੀਰ ਗਾਰਡੀਨ ਵੀ ਆ ਸਕਦਾ ਮਾਲਾਬਾਰ ਅਭਿਆਸ 2022 ਜਾਪਾਨ ਦੇ ਵਿੱਚ ਸ਼ੁਰੂ ਹੋਇਆ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਦਾ ਪਹਿਲਾ 에ਅਰ ਕੂਲਰ ਕੰਡੈਂਸਰ ਕੇਸ ਨੇ ਚਾਲੂ ਕੀਤਾ ਹਾਂਜੀ ਭਾਰਤ ਦਾ ਪਹਿਲਾ 에ਅਰ ਕੂਲਰ ਕੰਡੈਂਸਰ ਆ ਜਿਹੜਾ ਇਹ ਚਾਲੂ ਕੀਤਾ ਐਂਟੀਪੀਸੀ ਨੇ অপশন সি ইজ দা রাইট आंसर एनटीपीसी ਜਾਨੀ ਕਿ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਇਸ ਦੀ ਸਥਾਪਨਾ ਹੋਈ ਸੀ 1975 ਦੇ ਵਿੱਚ ਇਸ ਦਾ ਹੈੱਡਕੁਆਰਟਰ ਨਵੀਂ ਦਿੱਲੀ ਦੇ ਵਿੱਚ ਤੇ ਐਟ ਪ੍ਰੈਸੈਂਟ ਇਸ ਦੀ ਚੇਅਰਮੈਨ ਕੌਣ ਨੇ ਗੁਰਦੀਪ ਸਿੰਘ ਤੇ एनटीपीसी ਨੇ ਭਾਰਤ ਦਾ ਪਹਿਲਾ 에ਅਰ ਕੂਲਰ ਕੰਡੈਂਸਰ ਆ ਜਿਹੜਾ ਇਹ ਚਾਲੂ ਤਾਂ ਕੀਤਾ ਵਾ ਪਰ ਕਿੱਥੇ ਕੀਤਾ ਇਹ ਵੀ ਤਾਂ ਪਤਾ ਹੋਣਾ ਚਾਹੀਦਾ एनटीपीसी ਨੇ ਝਾਰਖੰਡ ਦੇ ਨਾਰਥ ਨਾਰਥ ਕਰਨਪੂਰਾ ਸੁਪਰ ਕ੍ਰਿਟੀਕਲ ਦੇ ਵਿੱਚ ਭਾਰਤ ਦਾ ਜਿਹੜਾ ਪਹਿਲਾ 에ਅਰ ਕੂਲਰ ਕੰਡੈਂਸਰ ਆ ਜਿਹੜਾ ਚਾਲੂ ਕੀਤਾ ਵਾ ਨੈਕਸਟ ਹੈ ਹਾਲ ਹੀ ਵਿੱਚ ਆਈਆਈਟੀ ਮਦਰਾਸ ਨੇ ਨੈਕਸਟ ਜਨਰੇਸ਼ਨ ਫਿਊਲ ਤੇ ਕਿਸ ਦੇਸ਼ ਨਾਲ ਸਹਿਯੋਗ ਕੀਤਾ ਵਾ ਹਾਂਜੀ ਆਈਆਈਟੀ ਮਦਰਾਸ ਨੇ ਨੈਕਸਟ ਜਨਰੇਸ਼ਨ ਫਿਊਲ ਤੇ ਡੈਨਮਾਰਕ ਦੇ ਨਾਲ ਸਮਝੌਤਾ ਕੀਤਾ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਡੈਨਮਾਰਕ ਦੇ ਨਾਲ ਸਮਝੌਤਾ ਹੋਇਆ ਤਾਂ ਡੈਨਮਾਰਕ ਦੀ ਕੈਪੀਟਲ ਕੀ ਆ ਕੋਪੇਨੇਗਰ ਇਥੋਂ ਦੀ ਕਰੰਸੀ ਹੈ ਡੈਨਿਸ ਕੋਰੋਨਾ ਇਥੋਂ ਦੇ ਪ੍ਰੈਜ਼ੀਡੈਂਟ ਆ ਮੈਡੇ ਫ੍ਰੈਡਰਿਕਸ਼ਨ ਹੁਣ ਆਪਾਂ IIT ਦੀ ਗੱਲ ਕੀਤੀ ਆ ਤਾਂ IIT ਮ드ਰਾਸ ISRO ਦੇ ਲਈ ਸਪੇਸ ਫਲਾਈਟ ਸਿੱਖਲਾਈ ਮੋਡਿਊਲ ਵਿਕਸਿਤ ਕਰੇਗਾ IIT ਮ드ਰਾਸ ਨੇ ਰਾਸ਼ਟਰੀ ਬੌਧਿਕ ਸੰਪਤੀ ਪੁਰਸਕਾਰ ਜਿੱਤੇ ਨਾਸਾ ਅਤੇ IIT ਮ드ਰਾਸ ਦੇ ਖੋਜ ਕਰਤਾ ਪੁਲਾੜ ਸਟੇਸ਼ਨ ਦੇ ਵਿੱਚ ਰੋਗਾਂ ਨੂੰ ਦਾ ਦੇਣ ਕਰਨਗੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ IIT ਦਿੱਲੀ ਵਿਖੇ ਇਨੀਸ਼ੀਏਟਿਵ ਦਾ ਉਦਘਾਟਨ ਕੀਤਾ ਨਹੀਂ ਆਈ ਇਨਵੈਂਟਿਵ ਦਾ ਉਦਘਾਟਨ ਕੀਤਾ ਸੌਰੀ ਠੀਕ ਹੈ ਆਈਆਈਟੀ ਮ드ਰਾਸ ਨੇ ਭਾਰਤੀ ਭਾਸ਼ਾ ਟੈਕਨਾਲੋਜੀ ਨੂੰ ਉਤਸ਼ਾਹਿਤ ਕਰਨ ਲਈ ਨੀਲੇਖਣੀ ਸੈਂਟਰ ਦੀ ਸ਼ੁਰੂਆਤ ਕੀਤੀ ਤੇ ਆਈਆਈਟੀ ਕਾਨਪੁਰ ਨੇ ਨਿਰਮਾਣ ਐਕਸਲੈਂਟਰ ਪ੍ਰੋਗਰਾਮ ਲਾਂਚ ਕੀਤਾ ਨੈਕਸਟ ਹੈ ਜੀ ਆਈਐਮਐਫ ਜਾਨੀ ਕਿ ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਅਨੁਸਾਰ ਕਿ ਇਸ ਦੇਸ਼ ਕੋਲ 2023 ਵਿੱਚ ਵਿਸ਼ਵ ਵਿਕਾਸ ਵਿੱਚ 15% ਯੋਗਦਾਨ ਪਹੁੰਚ ਦੀ ਸਮਰੱਥਾ ਹੈ ਹਾਂ ਜੀ ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਅਕੋਰਡਿੰਗ ਇੱਕ ਰਿਪੋਰਟ ਗੱਡੀ ਗਈ ਆ ਸਾਡੇ ਦੇਸ਼ ਭਾਰਤ ਕੋਲ 2023 ਦੇ ਵਿੱਚ ਵਿਸ਼ਵ ਵਿਕਾਸ ਦੇ ਵਿੱਚ 15% ਯੋਗਦਾਨ ਪਾਉਣ ਦੀ ਜਿਹੜੀ ਸਮਰੱਥਾ ਵਾ ਉਹ ਹੈ অপਸ਼ਨ A ਇਸ ਦਾ ਰਾਈਟ ਆਨਸਰ ਹੁਣ ਭਾਰਤ ਆਪਾਂ ਗੱਲ ਕੀਤੀ ਆ ਇੰਟਰਨੈਸ਼ਨਲ ਮੋਨਟਰੀ ਫੰਡ ਦੀ ਇਸ ਦੀ ਸਥਾਪਨਾ ਕਦੋਂ ਹੋਈ 1945 ਚ ਇਸ ਦਾ ਹੈੱਡਕੁਆਟਰ ਵਾ ਵਾਸ਼ਿੰਗਟਨ ਡੀਸੀ ਦੇ ਵਿੱਚ ਐਡ ਪ੍ਰੈਜ਼ੈਂਟ ਇਸ ਦੇ ਐਮ ਡੀ ਕੌਣ ਨੇ ਕ੍ਰਿਸਟੀਲੀਨਾ ਜੌਰਜੀਵਾ ਭਾਰਤ ਦੀ ਗੱਲ ਕੀਤੀ ਹੈ ਹੁਣ ਜ ਜਿਹੜੀ ਭਾਰਤ ਬਾਰੇ ਗੱਲ ਕੀਤੀ ਹੈ ਆਈਐਮਐਫ ਨੇ ਤਾਂ ਭਾਰਤ ਦੀ ਗੱਲ ਕਰੀਏ ਦੁੱਧੋਤ ਪਾਦਨ ਦੇ ਵਿੱਚ ਭਾਰਤ ਦੁਨੀਆ ਦਾ ਨੰਬਰ 1 ਦੇਸ਼ ਹੈ ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਦਾ ਨਾਮ ਬਦਲ ਕੇ ਅੰਮ੍ਰਿਤ ਉद्याਨ ਰੱਖਿਆ ਗਿਆ ਭਾਰਤ ਨੇ ਅੰਡਰ 19 ਐਂਡ T20 ਵਿਸ਼ਵ ਕੱਪ ਜਿੱਤੇ ਆ ਭਾਰਤ ਸ਼੍ਰੀਲੰਕਾ ਦੇ ਕਰਜ਼ ਪੁਨਰਗਠਨ ਪ੍ਰੋਗਰਾਮ ਦਾ ਸਮਰਥਨ ਕਰਨ ਵਾਲਾ ਪਹਿਲਾ ਦੇਸ਼ ਬਣਿਆ ਠੀਕ ਹੈ ਜੀ ਤੇ ਜੇਕਰ ਆਪਾਂ ਗੱਲ ਕਰੀਏ ਭਾਰਤ ਦੀ ਤਾਂ ਭਾਰਤ ਦੀ ਅਰਥਵਿਵਸਥਾਵਾ ਜਿਹੜੀ ਉਹ 5ਵੇਂ ਨੰਬਰ ਤੇ ਹੈ 2023 ਦੀ ਰਿਪੋਰਟ ਅਕੋਰਡਿੰਗ ਤੇ ਖੇਤਰਫਲ ਦੇ ਪੱਖੋਂ ਭਾਰਤ ਸੱਤਵਾਂ ਸਥਾਨ ਭਾਰਤ ਦੇ ਨਾਲ ਸੱਤ ਦੇਸ਼ਾਂ ਦੀ ਹੱਦ ਲੱਗਦੀ ਹੈ ਅਫਗਾਨਿਸਤਾਨ ਪਾਕਿਸਤਾਨ ਨੇਪਾਲ ਚੀਨ ਬਰਮਾ ਬੰਗਲਾਦੇਸ਼ ਤੇ ਪੂਟਾਨ ਦੀ ਨੈਕਸਟ ਹੈ ਨੇ ਕਿਸ ਦੇਸ਼ ਨੇ ਹਾਲ ਹੀ ਵਿੱਚ ਬਿਮਸਟੈਕ ਊਰਜਾ ਕੇਂਦਰ ਦੇ ਗਵਰਨਿੰਗ ਬੋਰਡ ਦੀ ਪਹਿਲੀ ਮੀਟਿੰਗ ਦੀ ਮੇਜ਼ਬਾਨੀ ਕੀਤੀ ਹਾਂਜੀ ਰੀਸੈਂਟਲੀ ਕਿਹੜੇ ਦੇਸ਼ ਨੇ ਬਿਮਸਟੈਕ ਊਰਜਾ ਕੇਂਦਰ ਦੇ گورਨਿੰਗ ਬੋਰਡ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ ਹੈ ਤਾਂ ਇਹ ਮੇਜ਼ਬਾਨੀ ਕੀਤੀ ਹੈ ਜੀ ਭਾਰਤ ਨੇ অপশন B ਇਜ਼ ਦਾ রাইਟ ਆਨਸਰ ਬੀ ਮਿਸਟੇਕ ਦੀ ਗੱਲ ਹੋਈ ਆ ਤਾਂ ਬੀ ਮਿਸਟੇਕ ਵੀ ਤੁਸੀਂ ਯਾਦ ਰੱਖਣਾ ਇਹ ਬੰਗਾਲ ਦੇ ਆਸ-પાસ ਜਿੱਨੇ ਜਿਹੜੀ ਬੰਗਾਲ ਦੀ ਖਾੜੀ ਆ ਬੀ ਮਿਸਟੇਕ ਠੀਕ ਹੈ ਬੰਗਾਲ ਦੀ ਖਾੜੀ ਆ ਤੇ ਬੰਗਾਲ ਦੀ ਖਾੜੀ ਦੇ ਆਸ-પાસ ਜਿੰਨੇ ਵੀ ਉਹ ਕਹਿੰਦੇ ਆ ਦੇਸ਼ ਉਹਨਾਂ ਦਾ ਸਮੂਹ ਆਹੀ ਬੀ ਮਿਸਟੇਕ ਠੀਕ ਹੈ ਜਿਸ ਦੀ ਫੁੱਲ ਫਾਰਮ ਆ ਬੇ ਆਫ ਬੰਗਾਲ ਇਨੀਸ਼ੀਏਟਿਵ ਫॉर ਮਲਟੀ ਸੈਕਟਰਲ ਟੈਕਨੀਕਲ ਐਂਡ ਇਕਨੋਮਿਕ ਕਾਰਪੋਰੇਸ਼ਨ ਤੇ ਇਸ ਦੀ ਸਥਾਪਨਾ 1997 ਦੇ ਵਿੱਚ ਹੋਈ ਸੀ ਇਸ ਦੇ ਇਸ ਦੀ ਕੈਪੀਟਲ ਆਪਾਂ ਕਹਿ ਸਕਦੇ ਆ ਇਸ ਦੀ ਜਿਹੜੀ ਚੇਅਰਮੈਨਸ਼ਿਪ ਆ ਠੀਕ ਹੈ ਚੇਅਰਮੈਨਸ਼ਿਪ ਉਹ ਹੈਗੀ ਆ ਸ਼੍ਰੀ ਲੰਕਾ ਕੋਲ ਇਸ ਦੇ ਸਕੱਤਰ ਤੈਂਜ਼ਿੰਗ ਲੈਕ ਪਹਿਲੇ ਨੈਕਸਟ ਹੈ ਜੀ ਹਾਲ ਹੀ ਵਿੱਚ ਕਿਸ ਰਾਜ ਦੇ ਤਿੰਨ ਜ਼ਿਲ੍ਹਿਆਂ ਵਿੱਚੋਂ ਸੋਨੇ ਦੀਆਂ ਖਾਨਾਂ ਮਿਲੀਆਂ ਹਾਂਜੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਸੋਨੇ ਦੀਆਂ ਖਾਨਾਂ ਮਿਲੀਆਂ ਵਾ ਕਿਹੜੇ ਰਾਜ ਦੇ ਵਿੱਚ ਮਿਲੀਆਂ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਤਾਂ ਇਹ ਮਿਲੀਆਂ ਵਾ ਓਡੀਸ਼ਾ ਦੇ ਵਿੱਚ ਓਡੀਸ਼ਾ ਦੇ ਤਿੰਨ ਜ਼ਿਲ੍ਹੇ ਆ ਆਪਸ਼ਨ A ਇੱਥੇ ਰਾਈਟ ਆਨਸਰ ਹੈ ਕਿਹੜੇ-ਕਿਹੜੇ ਉਹ ਤਿੰਨ ਜ਼ਿਲ੍ਹੇ ਤੁਹਾਡੇ ਮਾਈਂਡ ਦੇ ਵਿੱਚ ਇਹ ਵੀ ਤਾਂ ਆਉਂਦਾ ਹੋਣਾ ਤਿੰਨ ਜ਼ਿਲ੍ਹੇ ਆਹੋ ਜੀ ਕਿਉਂਜਰ ਮਿਉਰਪੰਜ ਅਤੇ ਦੇਵਗੜ ਠੀਕ ਹੈ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਉੜੀਸਾ ਦੇ ਵਿੱਚ ਸੋਨੇ ਦੀਆਂ ਖਾਨਾਂਵਾਂ ਉਹ ਮਿਲੀਆਂ ਨੇ ਕਿਉਂਜ਼ਰ ਅਤੇ ਮਿਉਰਪੰਜ ਦੇ ਵਿੱਚ 4-4 ਸਥਾਨਾਂ ਤੇ ਇਹ ਸੋਨੇ ਦੀਆਂ ਖਾਨਾਂ ਮਿਲੀਆਂ ਨੇ ਤੇ ਦੇਵਗੜ ਦੇ ਵਿੱਚ ਸਿਰਫ ਇੱਕ ਸਥਾਨ ਤੇ ਮਿਲੀ ਆ ਠੀਕ ਹੈ ਆਪਸ਼ਨ A ਇੱਥੇ ਰਾਈਟ ਆਨਸਰ ਸੀ ਤੇ ਹੁਣ ਆਪਾਂ ਗੱਲ ਕੀਤੀ ਆ ਉੜੀਸਾ ਦੀ ਉੜੀਸਾ ਦੀ ਕੈਪੀਟਲ ਦੱਸੋ ਜਲਦੀ ਨਾਲ ਉੜੀਸਾ ਦੀ ਕੈਪੀਟਲ ਆ ਭੁਵਨੇਸ਼ਵਰ ਇੱਥੋਂ ਦੇ ਚੀਫ ਮਿਨਿਸਟਰ ਨਵੀਨ ਪਟਨਾਇਕ ਇੱਥੋਂ ਦੇ ਗਵਰਨਰ ਆ ਗਣੇਸ਼ੀਲਾ ਉਡੀਸਾ ਦਿਵਸ ਹਰ ਸਾਲ 1 ਅਪ੍ਰੈਲ ਨੂੰ ਮਨਾਇਆ ਜਾਂਦਾ। ਉਡੀਸਾ ਦਿਵਸ 1 ਅਪ੍ਰੈਲ ਨੂੰ ਮਨਾਇਆ ਜਾਂਦਾ ਤੇ ਉਡੀਸਾ ਦੇ ਵਿੱਚ ਨੰਦਨ ਕਨਨ ਨੈਸ਼ਨਲ ਪਾਰਕਾ, ਸਿੰਪਲੀਪਾਲ ਨੈਸ਼ਨਲ ਪਾਰਕਾ, ਭੇਤਰ ਕਨਿਕਾ ਨੈਸ਼ਨਲ ਪਾਰਕਾ, ਚਿਲਕਾ ਸੈਂਚਰੀ ਹੈ। ਉਡੀਸਾ ਦੇ ਵਿੱਚ ਜਿਹੜੀ ਚਿਰਕਾ ਝੀਲ ਹੈ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਹੈ ਤੇ ਉਡੀਸਾ ਦੇ ਵਿੱਚ ਰੋਸ਼ੀਗੋਲੀਆ ਬੀਚ, ਗੋਲਡਨ ਬੀਚ ਹੈ। ਭਾਰਤ ਦੀ ਪਹਿਲੀ ਐਗਰੀਚਟਵਟ ਅਮਾ ਕਰੋਸ਼ਾਈ ਉਡੀਸਾ ਦੇ ਵਿੱਚ ਲਾਂਚ ਕੀਤੀ ਗਈ। ਕਟਕ ਦੇ ਵਿੱਚ 15ਵੇਂ ਹਾਕੀ ਵਿਸ਼ਵ ਕੱਪ ਦਾ ਉਦਘਾਟਨ ਕੀਤਾ ਗਿਆ। ਉੜੀਸਾ ਵਿੰਟੇਜ ਵਾਣਾਂ ਲਈ ਬੱਕਰੀ ਰਜਿਸਟ੍ਰੇਸ਼ਨ ਕਰਵਾਉਣ ਵਾਲਾ ਪਹਿਲਾ ਰਾਜ ਬਣਿਆ। ਉੜੀਸਾ ਸਰਕਾਰ ਨੇ ਗੰਟੀ ਚਮੜੀ ਰੋਗ ਲਈ ਮੁਫਤ ਟੀਕਾ ਕਰਨ ਦਾ ਐਲਾਨ ਕੀਤਾ। ਨੈਕਸਟ ਹੈ ਜੀ ਕਿਸ ਨੂੰ ਹਾਲ ਹੀ ਵਿੱਚ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਸਭ ਤੋਂ ਵਧੀਆ ਅਤੇ ਸਾਫ਼ ਸੁਥਰਾ ਹਵਾਈ ਅੱਡਾ ਐਲਾਨਿਆ ਗਿਆ। ਹਾਂਜੀ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਵਿੱਚ ਸਭ ਤੋਂ ਵਧੀਆ ਅਤੇ ਸਾਫ਼ ਸੁਥਰਾ ਹਵਾਈ ਅੱਡਾ ਐਲਾਨਿਆ ਗਿਆ ਵਾ। ਇਹ ਕਿਹੜੇ ਦੇਸ਼ ਦਾ ਜਾਂ ਆਪਾਂ ਕਹਿ ਸਕਦੇ ਕਿਹੜਾ ਅੱਡਾ ਵਾ ਜਿਹੜਾ ਐਲਾਨਿਆ ਗਿਆ ਤਾਂ ਇਹ ਐਲਾਨਿਆ ਗਿਆ ਵਾ ਜੀ ਦਿੱਲੀ ਹਵਾਈ ਅੱਡਾ ਠੀਕ ਹੈ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਨੂੰ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਵਿੱਚ ਸਭ ਤੋਂ ਸਾਫ਼ ਸੁਥਰਾ ਤੇ ਵਧੀਆ ਹਵਾਈ ਅੱਡਾ ਐਲਾਨਿਆ ਗਿਆ ਸ਼ਿਵਮੋਗਗਾ ਹਵਾਈ ਅੱਡਾ ਲਿਖਿਆ ਦੇ ਕਿਰਿਆ ਤੁਹਾਨੂੰ ਇੱਕ ਕਰਨਾਟਕ ਦੇ ਵਿੱਚ ਬਣਾਇਆ ਗਿਆ ਤੇ ਕਮਲ ਦੇ ਆਕਾਰ ਦਾ ਵਾ ਲਗਭਗ 400 ਕਰੋੜ ਰੁਪਏ ਦੀ ਲਾਗਤ ਦੇ ਨਾਲ ਹੀ ਬਣਿਆ ਨੈਕਸਟ ਹੈ ਜੀ ਕਿਸ ਨੇ ਹਾਲ ਹੀ ਵਿੱਚ ਨਵੀਂ ਦਿੱਲੀ ਵਿੱਚ ਕੈਚ ਦਾ ਰੇਨ 2023 ਮੋਹਮ ਚਲਾਈ ਹਾਂਜੀ ਨਵੀਂ ਦਿੱਲੀ ਦੇ ਵਿੱਚ ਕੈਚ ਦਾ ਰੇਨ 2023 ਮੋਹਮ ਚਲਾਈ ਆ ਇਹ ਕਿੰਨਾ ਨੇ ਚਲਾਈ ਆ ਸਾਡੇ ਰਾਸ਼ਟਰਪਤੀ ਆ ਦ੍ਰੋਪਦੀ ਮੁਰਮੂ ਇਹਨਾਂ ਨੇ ਕੈਚ ਦਾ ਰੇਨ ਨਵੀਂ ਦਿੱਲੀ ਦੇ ਵਿੱਚ ਜਿਹੜੀ ਮੁਹਿੰਮ ਆ ਉਹ ਚਲਾਈ ਆ ਠੀਕ ਹੈ ਕਾਦੇ ਲਈ ਚਲਾਈ ਆ ਪਾਣੀ ਦੀ ਸੁਰੱਖਿਆ ਨੂੰ ਇੱਕ ਜਨ ਅਭਿਆਨ ਬਣਾਉਣ ਦੇ ਲਈ ਚਲਾਈ ਆ ਠੀਕ ਹੈ ਜੀ ਨੈਕਸਟ ਹੈ ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਅਨੁਸਾਰ ਔਰਤਾਂ ਲਈ ਦੁਨੀਆ ਦਾ ਸਭ ਤੋਂ ਵੱਧ ਜ਼ੁਲਮ ਕਰਨ ਵਾਲਾ ਦੇਸ਼ ਕਿਹੜਾ ਬਣਿਆ ਹਾਂਜੀ ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਅਫਗਾਨਿਸਤਾਨ ਦੇਸ਼ ਆ ਜਿਹੜਾ ਇਹ ਔਰਤਾਂ ਤੇ ਸਭ ਤੋਂ ਵੱਧ ਜ਼ੁਲਮ ਕਰਨ ਵਾਲਾ ਦੇਸ਼ ਬਣਿਆ ਵਾ ਆਪਸ਼ਨ ਇਥੇ ਵੀ ਰਾਈਟਾ ਅਫਗਾਨਿਸਤਾਨ ਠੀਕ ਹੈ ਅਫਗਾਨਿਸਤਾਨ ਜਿਹੜਾ ਇਹ ਔਰਤਾਂ ਤੇ ਸਭ ਤੋਂ ਵੱਧ ਜ਼ੁਲਮ ਕਰਨ ਵਾਲਾ ਦੇਸ਼ ਬਣਿਆ ਇੱਥੇ ਅਫਗਾਨਿਸਤਾਨ ਦੀ ਗੱਲ ਹੋਈ ਆ ਤੁਸੀਂ ਅਫਗਾਨਿਸਤਾਨ ਦੇ ਨਾਲ ਰਿਲੇਟਡ ਬਹੁਤ ਹੀ ਐਕਸਟਰਾ ਤੇ ਇੰਪੋਰਟੈਂਟ ਫੈਕਟ ਆ ਜਿਹੜਾ ਯਾਦ ਰੱਖਣਾ ਭਾਰਤ ਨੇ ਅਫਗਾਨਿਸਤਾਨ ਨੂੰ 20000 ਟਨ ਕਣਕ ਦੇਣ ਦੀ ਘੋਸ਼ਣਾ ਕੀਤੀ ਸੀ ਤੇ ਇਹ 20000 ਟਨ ਕਣਕ ਆ ਜਿਹੜੀ ਪਹਿਲਾਂ ਚਾਰ ਬਾਰ ਪੋਰਟ ਦੇ ਥਰੂ ਅਫਗਾਨਿਸਤਾਨ ਪਹੁੰਚੇਗੀ ਠੀਕ ਹੈ ਪਹਿਲਾਂ ਇਹ ਆਪਣੇ ਦੇਸ਼ ਤੋਂ ਜਾਨਕੀ ਆਪਣੇ ਭਾਰਤ ਦੇ ਮੁੰਬਈ ਤੋਂ ਚਾਰ ਬਾਰ ਪੋਰਟ ਦੇ ਥਰੂ ਪਹੁੰਚੇਗੀ ਚਾਰ ਬਾਰ ਚਾਰ ਸੌਰੀ ਚਾਬਹਰ ਜਿਹੜਾ ਪੋਰਟ ਆ ਇੱਥੇ ਪਹੁੰਚੇਗੀ ਤੇ ਇਹਦੇ ਥਰੂ ਅਫਗਾਨਿਸਤਾਨ ਪਹੁੰਚੇਗੀ ਤੇ ਹੈ ਕਿੱਥੇ ਇਹ ਈਰਾਨ ਦਾ ਠੀਕ ਹੈ ਇੰਡੀਆ ਤੋਂ ਇੰਡੀਆ ਤੋਂ ਚਾਬਹਰ ਪੋਰਟ ਤੇ ਫਿਰ ਅਫਗਾਨਿਸਤਾਨ ਇਹ ਤੁਸੀਂ ਧਿਆਨ ਰੱਖਣਾ 20000 ਟਨ ਕਾਨੇ ਤੋਂ ਨੈਕਸਟ ਹੈ 8 ਲਿਖਿਆਂ ਵਿੱਚੋਂ ਕਿਹੜੀ ਫਿਲਮ ਦੇ ਗੀਤ ਨੇ ਔਸਕਰ ਅਵਾਰਡ 2023 ਜਿੱਤਿਆ ਹਾਂਜੀ ਕਿਹੜੀ ਫਿਲਮ ਦਾ ਗੀਤ ਆ ਜਿਸ ਨੇ ਔਸਕਰ ਅਵਾਰਡ 2023 ਜਿੱਤਿਆ ਬਹੁਤ ਹੀ ਜ਼ਿਆਦਾ ਧਿਆਨ ਨਾਲ ਮੈਂ ਤੁਹਾਨੂੰ ਇਹ ਕਰਵਾਇਆ ਸੀਗਾ ਠੀਕ ਹੈ ਫਿਲਮ ਆ ਆਰ 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 ਇਹਦਾ ਗੀਤ ਆ ਨਾਟੂ ਨਾਟੂ ਤੇ ਨਾਟੂ ਨਾਟੂ ਨੇ ਔਸਕਰ ਅਵਾਰਡ 2023 ਆ ਜਿਹੜਾ ਜਿੱਤਿਆ ਐਸਐਸ ਰਾਜਾ ਮੌਲੀ ਦੀ ਫਿਲਮ ਆ ਠੀਕ ਹੈ ਜੀ ਤੇ ਇੱਕ ਲਘੂ ਫਿਲਮ ਸੀਗੀ ਦਾ ਐਲੀਫੈਂਟ ਬੇਸਪਰਸ ਇਸ ਨੇ ਬੈਸਟ ਡਾਕੂਮੈਂਟਰੀ ਸ਼ੋਰਟ ਫਿਲਮ ਦੇ ਲਈ ਔਸਕਰ ਅਵਾਰਡ ਦੇ ਲਈ ਇਹ मतलब के लानी गई थी ते फिल्म गुनीत मोगा ने प्रोड्यूस ਕੀਤੀ ਆ ਠੀਕ ਹੈ बेस्ट डॉक्यूमेंट्री शॉर्ट फिल्म ऑस्कर अवार्ड ਇਹਨੂੰ ਮਿਲਿਆ ਵਾ बेस्ट डॉक्यूमेंट्री शॉर्ट फिल्म ਦਾ ਨੈਕਸਟ ਹੈ ਹਾਲ ਹੀ ਵਿੱਚ ਆਸਕਰ 2023 ਵਿੱਚ बेस्ट डॉक्यूमेंट्री फिल्म अवार्ड ਕਿਹੜੀ ਫਿਲਮ ਨੇ ਜਿੱਤੇ ਆ ਤਾਂ ਇਹ ਵੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਆ ਦਾ এলিਫੈਂਟ ਬਿਸਪਰਸ ਨੇ অপਸ਼ਨ ਸੀ ਇਸ ਹੈ ਰਾਈਟ ਆਨਸਰ ਨੈਕਸਟ ਹੈ ਜੀ G20 ਦੇ G20 ਦੇਸ਼ਾਂ ਦੇ ਸਿੱਖਿਆ ਕਾਰਜ ਸਮੂਹ ਦੀ ਦੂਜੀ ਮੀਟਿੰਗ ਹਾਲ ਹੀ ਵਿੱਚ ਕਿੱਥੇ ਹੋਈ ਹਾਂਜੀ G20 ਦੇਸ਼ਾਂ ਦੇ ਸਿੱਖਿਆ ਕਾਰਜ ਸਮੂਹ ਦੀ ਜਿਹੜੀ ਦੂਜੀ ਮੀਟਿੰਗ ਆ ਇਹ ਕਿੱਥੇ ਹੋਈ ਆ ਇਹ ਹੋਈ ਆ ਜੀ ਸਾਡੇ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਆਪਸ਼ਨ ਸੀ ਇਸ ਰਾਈਟ ਆਨਸਰ ਠੀਕ ਹੈ G20 ਦੇਸ਼ਾਂ ਦੇ ਸਿੱਖਿਆ ਕਾਰਜ ਸਮੂਹ ਦੀ ਦੂਜੀ ਬੈਠਕ ਆ ਜਿਹੜੀ ਇਹ ਪੰਜਾਬ ਦੇ ਵਿੱਚ ਹੋਈ ਆ ਤੇ ਤੁਸੀਂ ਧਿਆਨ ਰੱਖਣਾ ਕਿੱਥੇ ਹੋਈ ਆ ਇਹ ਹੋਈ ਸੀ ਅੰਮ੍ਰਿਤਸਰ ਦੇ ਵਿੱਚ ਹਾਂਜੀ ਨੈਕਸਟ ਹੈ ਕਿਹੜਾ ਦੇਸ਼ ਹਾਲ ਹੀ ਵਿੱਚ ਕਾਰਬਨ ਕਾਰਬਨ ਡਾਈਆਕਸਾਈਡ ਆਜਾਦ ਕਰਨ ਅਤੇ ਇਸ ਨੂੰ ਸਮੁੰਦਰ ਦੇ ਹੇਠਾਂ ਸਟੋਰ ਕਰਨ ਵਾਲਾ ਪਹਿਲਾ ਦੇਸ਼ ਬਣਿਆ ਹਾਂਜੀ ਕਾਰਬਨ ਡਾਈਆਕਸਾਈਡ ਸਟੋਰ ਕਰਨ ਅਤੇ ਸਮੁੰਦਰ ਦੇ ਹੇਠਾਂ ਸਟੋਰ ਕਰਨ ਅਤੇ ਆਜਾਦ ਕਰਨ ਵਾਲਾ ਪਹਿਲਾ ਦੇਸ਼ ਬਣਿਆ ਡੈਨਮਾਰਕ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਡੈਨਮਾਰਕ ਠੀਕੇ ਜੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਡੈਨਮਾਰਕ ਨਾਲ ਰਿਲੇਟਡ ਕਰੰਸੀ ਵਗੈਰਾ ਆਪਾਂ ਪਹਿਲਾਂ ਉੱਪਰ ਡਿਸਕਸ ਕਰ ਚੁੱਕੇ ਹਾਂ ਨੈਕਸਟ ਹੈ ਕਿਸ ਦੇਸ਼ ਦੀ ਸੈਨਟ ਨੇ ਹਾਲ ਹੀ ਵਿੱਚ ਮੈਕਮੋਹਨ ਲਾਈਨ ਨੂੰ ਅੰਤਰਰਾਸ਼ਟਰੀ ਸਰਹੰਦ ਵਜੋਂ ਮਾਨਤਾ ਦਿੱਤੀ ਹਾਂਜੀ ਮੈਕਮੋਹਨ ਲਾਈਨ ਮੈਕਮੋਹਨ ਲਾਈਨ ਆ ਜਿਹੜੀ ਇੰਡੀਆ ਤੇ ਚਾਈਨਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਆ ਤੇ ਇਸ ਨੂੰ ਅੰਤਰਰਾਸ਼ਟਰੀ ਸਰਹੰਦ ਵਜੋਂ ਮਾਨਤਾ ਦਿੱਤੀ ਆ ਸਰਹੱਦ ਕਿਹਨੇ ਕਿਹਨੇ ਮਾਨਤਾ ਦਿੱਤੀ ਆ ਅਮਰੀਕਾ ਨੇ ਇੰਡੀਆ ਤੇ ਚਾਈਨਾ ਦੇ ਵਿੱਚ ਜੋ ਮੈਕਮੋਹਨ ਲਾਈਨ ਆ ਇਹਨੂੰ ਦਿੱਤੀ ਹੈ ਠੀਕ ਹੈ ਇੰਡੀਆ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਚਾਈਨਾ ਦੇ ਵਿੱਚ ਅਤੇ ਚਾਈਨਾ ਦੇ ਵਿੱਚ ਆ ਇੰਡੀਆ ਦੇ ਵਿੱਚੋਂ ਅਰੁਣਾਚਲ ਪ੍ਰਦੇਸ਼ ਚ ਨੰਗਦੀ ਹੈ ਤੇ ਚਾਈਨਾ ਦੇ ਵਿੱਚ ਆ ਹੁਣ ਚੀਨ ਜੋ ਅਰੁਣਾਚਲ ਪ੍ਰਦੇਸ਼ ਦੇ ਵਿੱਚ ਦਾਵਾ ਕਰਦਾ ਸੀ ਕਿ ਇਹ ਇਹਦੇ ਵਿੱਚ ਅੱਧੇ ਜਿਹੜੇ ਆਪਾਂ ਕਹਿ ਸਕਦੇ ਆ ਅੱਧੇ ਅਧਿਕ ਮਤਲਬ ਕਿ ਹਿੱਸਾ ਵਾ ਜਿਹੜਾ ਚੀਨ ਦੇ ਵਿੱਚ ਆਉਂਦਾ ਜਿਵੇਂ ਹੁਣ ਵੀ ਥੋੜੀ ਦੇਰ ਪਹਿਲਾਂ ਇਹ ਖਬਰਾਂ ਦੇ ਵਿੱਚ ਆਇਆ ਸਿਲਸਲਾ ਕਿ 13 ਸਥਾਨਾਂ ਦੇ ਨਾਮ ਬਦਲਣ ਦੀ ਘੋਸ਼ਣਾ ਵੀ ਕੀਤੀ ਹੈ ਚੀਨ ਨੇ ਰੁਣਾਚਲ ਪ੍ਰਦੇਸ਼ ਦੇ ਆਪਣਾ ਦਾਵਾ ਕਰਕੇ ਤੇ ਇਹਦੇ ਨਾਲ ਕੀ ਹੋਇਆ ਕਿ ਜਿਹੜੀ ਅਮਰੀਕਾ ਨੇ ਸੈਨੇਟ ਨੂੰ ਅੰਤਰਰਾਸ਼ਟਰੀ ਸਰਹੱਦ ਵਜੋਂ ਘੋਸ਼ਿਤ ਕੀਤਾ ਹੁਣ ਉਹ ਪੱਕਾ ਦਾਵਾ ਨਹੀਂ ਕਰ ਪਾਵੇਗਾ ਕਦੇ ਨੈਕਸਟ ਹੁਣ ਆਪਾਂ ਅਮਰੀਕਾ ਦੀ ਗੱਲ ਕੀਤੀ ਆ ਅਮਰੀਕਾ ਦੀ ਕੈਪੀਟਲ ਆ ਵਾਸ਼ਿੰਗਟਨ ਡੀਸੀ ਇੱਥੋਂ ਦੇ ਪ੍ਰੈਜ਼ੀਡੈਂਟ ਆ ਜੋ ਬਾਈਡਨ ਤੇ ਇੱਥੋਂ ਦੇ ਵਾਈਸ ਪ੍ਰੈਜ਼ੀਡੈਂਟ ਆ ਕਮਲਾ ਹੈਰਿਸ ਸਿਟੀ ਇੰਡੈਕਸ 2023 ਦੇ ਵਿੱਚ ਅਮਰੀਕਾ ਮਤਲਬ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਮਹਿਲਾ ਅਰਪਤੀਆਂ ਨੂੰ ਸੋਚੀ ਵੱਧ ਕੀਤਾ ਗਿਆ ਇਸ ਰੂ ਨੂੰ ਭਾਰਤ ਤੇ ਅਮਰੀਕਾ ਦੁਆਰਾ ਸਾਂਝੇ ਤੌਰ ਤੇ ਵਿਕਸਿਤ ਕੀਤੇ ਨਿਸਾਰ ਉਪਗ੍ਰਹਿ ਪ੍ਰਾਪਤ ਹੋਇਆ ਤੇ ਇਸ ਮਹਿਤਾ ਇੱਕ ਭਾਰਤੀ ਅਮਰੀਕੀ ਔਰਤ ਨੂੰ ਪਹਿਲੀ ਅਮਰੀਕੀ ਜ਼ਿਲ੍ਹਾ ਤਾਲਕ ਦੀ ਜੱਜ ਚੁਣਿਆ ਗਿਆ ਨੈਕਸਟ ਹੈ ਜੀ ਹਾਲ ਹੀ ਵਿੱਚ 2023 ਦੇ ਵਿਸ਼ਵ ਦੇ ਮਹਾਨ ਸਥਾਨਾਂ ਦੀ ਸੂਚੀ ਸਮਾ ਸੂਚੀ ਵਿੱਚ ਕਿਹੜੇ ਭਾਰਤੀ ਸਥਾਨ ਨੂੰ ਐਡ ਕੀਤਾ ਗਿਆ ਵਾ ਹਾਂਜੀ 2023 ਦੇ ਵਿੱਚ ਮਹਾਨ ਸਥਾਨਾਂ ਦੀ ਸਮਾ ਸੂਚੀ ਤਿਆਰ ਕੀਤੀ ਗਈ ਹੈ ਇਹਦੇ ਵਿੱਚ ਇੱਕ ਭਾਰਤੀ ਸਥਾਨ ਐਡ ਕੀਤਾ ਗਿਆ ਵਾ ਤਾਂ ਉਹ ਕਿਹੜਾ ਕੀਤਾ ਗਿਆ ਲਦਾਖ ਆਪਸ਼ਨ A ਇਜ਼ ਦਾ ਰਾਈਟ ਆਨਸਰ ਹੈ ਲਦਾਖ ਅਤੇ ਮਯੁਰਪੰਜ ਹਾਂਜੀ ਲਦਾਖ ਅਤੇ ਮਯੁਰਪੰਜ ਦੋਵੇਂ ਕੀਤੇ ਗਏ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਉਪਰੋਕਤ ਦੋਵੇਂ ਠੀਕ ਹੈ ਲਦਾਖ ਅਤੇ ਮਯੁਰਪੰਜਾ ਤੇ ਆਪਣੇ ਖਤਰੇ ਦੇ ਵਿੱਚ ਪਏ ਚੀਤੇ ਆ ਅਤੇ ਇਤਿਹਾਸਿਕ ਮੰਦਰਾਂ ਦੇ ਲਈ ਇਹਨਾਂ ਨੂੰ ਮਹਾਨ ਸਥਾਨਾਂ ਦੀ ਸਮਾ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਵੈਰੀ ਇੰਪੋਰਟੈਂਟ ਨੈਕਸਟ ਹੈ ਹਾਲ ਹੀ ਵਿੱਚ ਗਵਰਨਰ ਆਫ ਦਿ ਇਅਰ 2023 ਅਵਾਰਡ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਗਵਰਨਰ ਆਫ ਦਿ ਇਅਰ 2023 ਅਵਾਰਡ ਦੇ ਨਾਲ ਕਿੰਨਾਂ ਨੂੰ ਸਨਮਾਨਿਤ ਕੀਤਾ ਗਿਆ ਆਰਬੀਆਈ ਦੇ ਗਵਰਨਰ ਸ਼ਕਤੀ ਕਾਂਤ ਦਾਸ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਤੇ ਆਰਬੀਆਈ ਦੇ 25ਵੇਂ ਨੰਬਰ ਦੇ ਗਵਰਨਰ ਆ ਠੀਕ ਹੈ ਜੀ ਨੈਕਸਟ ਹੈ ਹਾਲ ਹੀ ਵਿੱਚ ਕਿਸ ਨੂੰ ਐਸ ਸੀਓ ਜਾਨੀ ਕਿ ਸੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਨੇ ਆਪਣੀ ਸੈਰ ਸਪਟਾ ਅਤੇ ਸੱਭਿਆਚਾਰਕ ਰਾਜਸਤਾਨੀ ਐਲਾਨਿਆ ਹਾਂਜੀ एससीओ uh, यानी कि संगाई कोऑपरेशन ऑर्गेनाइजेशन ने अपनी सभ्यता चारिक एंड सैरसपाटा राजस्थानी ऐलानियावा किनो ऐलानिया वाराणसी नु ऑप्शन सी इज द राइट आंसर वेरी वेरी इंपॉर्टेंट फैक्ट है ठीक है इस गल दा तुसी ध्यान रखना नेक्स्ट है जी हाल ही विच एनटीपीसी ग्रीन एनर्जी लिमिटेड ने नवी ऑन योग्य ऊर्जा ले किस नाल समझौता कीता हां जी एनटीपीसी ग्रीन एनर्जी लिमिटेड ਨੇ ਨਵਿਆਉਣਜੋਗ ਊਰਜਾ ਤੇ ਲਈ ਸਮਝੌਤਾ ਕੀਤਾ ਵਾ ਇਹ ਸਮਝੌਤਾ ਕੀਤਾ ਗਿਆ ਜੀ ਆਈ او ਸੀ ਐਲ ਨਾਲ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਜਾਨਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਨਾਲ ਇਸ ਦੀ ਸਥਾਪਨਾ ਕਦੋਂ ਹੋਈ 1900 1959 ਦੇ ਵਿੱਚ ਜਾਨੀ ਕਿ 1959 ਦੇ ਵਿੱਚ ਇਸ ਦਾ ਹੈੱਡ ਕੁਆਰਟਰ ਨਵੀਂ ਦਿੱਲੀ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਚੀਫ ਮਿਨਿਸਟਰ ਆਪਾਂ ਕਹਿ ਸਕਦੇ ਚੇਅਰਮੈਨ ਕੌਣ ਆ ਸ਼੍ਰੀ ਕਾਂਤ ਮਾਦਵ ਨੈਕਸਟ ਹੈ ਜੀ 2023 ਦੇ ਵਿਕਾਰੀ ਪੁਰਸਕਾਰ ਪਦਮ ਸਿਰੀ ਨਾਲ ਕਿਹੜੇ ਸਿੱਖ ਵਿਦਵਾਨ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ 2023 ਦੇ ਵਿਕਾਰੀ ਪੁਰਸਕਾਰ ਪਦਮ ਸਿਰੀ ਦੇ ਨਾਲ ਸਨਮਾਨਿਤ ਕੀਤੇ ਗਏ ਆ ਕਿਹੜੇ ਸਿੱਖ ਵਿਦਵਾਨ ਸਨਮਾਨਿਤ ਹੋਏ ਆ ਇਹ ਇਹ ਕੀਤਾ ਗਿਆ ਵਾ ਜੀ ਡਾਕਟਰ ਰਤਨ ਸਿੰਘ ਜੱਗੀ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਠੀਕ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਿੱਖ ਵਿਦਵਾਨ ਡਾਕਟਰ ਰਤਨ ਸਿੰਘ ਜੱਗੀ ਨੂੰ ਪਦਮ ਸਿਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਵਜ੍ਹਾ ਕਰਕੇ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਕਿਹੜੀ ਰਾ ਸਰਕਾਰ ਨੇ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਤੇ ਛੁੱਟੀ ਦਾ ਐਲਾਨ ਕੀਤਾ ਹਾਂਜੀ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਵਾ ਕਿਹੜੀ گورਨਮੈਂਟ ਨੇ ਕੀਤਾ ਇਹ ਕੀਤਾ ਜੀ ਪੰਜਾਬ ਦੀ گورਨਮੈਂਟ ਨੇ অপਸ਼ਨ ਏ ਇਸ ਦਾ ਰਾਈਟ ਆਨਸਰ ਠੀਕ ਹੈ ਪੰਜਾਬ ਦੀ گورਨਮੈਂਟ ਨੇ ਕੀਤਾ ਵਾ ਪੰਜਾਬ ਦੇ ਚੀਫ ਮਿਨਿਸਟਰ ਕੌਣ ਆ ਭਗਵੰਤ ਸਿੰਘ ਮਾਨ ਇਹਨਾਂ ਨੇ 16 ਨਵੰਬਰ ਨੂੰ ਜਾਨੀ ਕਿ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੁਣ ਪੰਜਾਬ ਦੀ گورਨਮੈਂਟ ਨੇ ਕੀਤਾ ਪਾ ਪੰਜਾਬ ਨਾਲ ਰਿਲੇਟਡ ਐਕਸਟਰਾ ਫੈਕਟ ਆਪਾਂ ਅੱਗੇ ਬਹੁਤ ਵਾਰ ਕਰ ਚੁੱਕੇ ਆਂ ਪੰਜਾਬ ਦੀ ਜੀਕੇ ਵੀ ਕਰਦੇ ਆਂ ਕਿਉਂਕਿ ਐਕਸਟਰਾ ਫੈਕਟ ਹੈ ਵੀ ਬਹੁਤ ਜ਼ਿਆਦਾ ਵਾ ਜੇਕਰ ਚਲੋ ਮੈਂ ਤੁਹਾਨੂੰ ਕਰਵਾ ਦਿੰਨੀ ਆ ਪੰਜਾਬ ਦੇ ਨਾਲ ਰਿਲੇਟਡ ਪੰਜਾਬ ਦੀ ਕੈਪੀਟਲ ਆ ਚੰਡੀਗੜ੍ਹ ਇੱਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਇੱਥੋਂ ਦੇ ਗਵਰਨਰ ਆ ਬਨਵਾਰੀ لال ਪ੍ਰੋਹਿਤ ਠੀਕ ਹੈ ਤੇ ਜੋ ਤਾਂ ਅਸੀਂ ਡੇਲੀ ਐਕਸਟਰਾ ਫੈਕਟ ਤਾਂ ਕਰਦੇ ਹੀ ਕਰਦੇ ਆਂ ਇੱਕ ਆਮ ਜਿਹਾ ਐਕਸਟਰਾ ਫੈਕਟ ਆ ਜੋ ਆਪਾਂ ਅੱਜ ਕਰਾਂਗੇ ਪੰਜਾਬ ਕੈਲੀਫੋਰਨੀਆ ਆਫ ਪੰਜਾਬ ਅਬ ਉਹ ਹਰ ਨੂੰ ਬੋਲਿਆ ਜਾਂਦਾ ਉਦਯੋਗਿਕ ਰਾਜਸਤਾਨੀ ਪੰਜਾਬ ਦੀ ਲੁਧਿਆਣਾ ਪੰਜਾਬ ਦਾ ਮਾਂਚੈਸਟਰ ਲੁਧਿਆਣਾ ਪੰਜਾਬ ਦਾ ਦਿਲ ਮੰਨਿਆ ਜਾਂਦਾ ਮਾਝੇ ਨੂੰ ਸਿੱਖੀ ਦਾ ਪੰਘੂੜਾ ਵੀ ਮਾਝੇ ਨੂੰ ਹੀ ਬੰਨਿਆ ਜਾਂਦਾ ਠੀਕ ਹੈ ਸਪੋਰਟਸ ਸਿਟੀ ਆਫ ਪੰਜਾਬ ਜਲੰਧਰ ਸਾਇੰਸ ਸਿਟੀ ਆਫ ਪੰਜਾਬ ਜਿਹੜੀ ਜਿਹੜੀ ਸਾਇੰਸ ਸਿਟੀ ਹੈ ਵੈਸੇ ਤਾਂ ਕਪੂਰਥਲਾ ਚਾ ਪਰ ਸਾਇੰਸ ਸਿਟੀ ਆਫ ਪੰਜਾਬ ਜੇ ਆਜੇ ਤਾਂ ਉੱਥੇ ਜਲੰਧਰ ਲਗਾਉਂਗੇ ਕਿ ਪੰਜਾਬ ਦੀ ਸਾਇੰਸ ਸਿਟੀ ਕਿਹੜੇ ਜ਼ਿਲ੍ਹੇ ਨੂੰ ਮੰਨਿਆ ਜਾਂਦਾ ਤੁਸੀਂ ਜਲੰਧਰ ਲਗਾਉਂਗੇ ਵੈਸੇ ਜੇ ਆਜੇ ਕਿ ਸਾਇੰਸ ਸਿਟੀ ਕਿਹੜੇ ਜ਼ਿਲ੍ਹੇ ਵਿੱਚ ਪੈਂਦੀ ਹੈ ਫਿਰ ਕਪੂਰਥਲਾ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਨੂੰ ਕਿਹਾ ਜਾਂਦਾ ਖਾਲਸੇ ਦੀ ਜਨਮ ਭੂਮੀ ਕਿਹਨੂੰ ਬੋਲਿਆ ਜਾਂਦਾ ਅਨੰਦਪੁਰ ਸਾਹਿਬ ਨੂੰ ਸਿੱਖਾਂ ਦੀ ਰਾਜਧਾਨੀ ਸਿੱਖੀ ਦਾ ਧੁਰਾ ਸਿੱਖਾਂ ਦਾ ਮੱਕਾ ਤੇ ਸਿੱਖਾਂ ਦਾ ਜ਼ਾਇਬਕਰ ਇਹ ਹੌਲੀ ਸਿਟੀ ਇਹ ਅੰਮ੍ਰਿਤਸਰ ਨੂੰ ਮੰਨਿਆ ਜਾਂਦਾ ਆਮ ਖਾਸ ਬਾਗ ਸਰਹੰਦ ਦੇ ਵਿੱਚ ਬਨਾਰਸ ਬਾਗ ਸੰਗਰੂਰ ਦੇ ਵਿੱਚ ਸਾਲੀਮਾਰ ਬਾਗ ਕਪੂਰਥਲਾ ਦੇ ਵਿੱਚ ਕਾਇਮਾ ਬਾਗ ਵੀ ਕਪੂਰਥਲਾ ਦੇ ਵਿੱਚ ਆ ਮਾਲਵੇ ਦਾ ਦਿਲ ਕਿਹਾ ਜਾਂਦਾ ਬਠਿੰਡੇ ਨੂੰ ਬਠਿੰਡੇ ਨੂੰ ਸਿਟੀ ਆਫ ਲੈਕਸ ਜਾਨੀ ਕਿ ਝੀਲਾਂ ਦੀ ਧਰਤੀ ਵੀ ਬੋਲਿਆ ਜਾਂਦਾ ਤੇ ਜਾਨੀ ਕਿ ਪੰਜਾਬ ਦੀਆਂ ਝੀਲਾਂ ਝੀਲਾਂ ਬੋਲਿਆ ਜਾਂਦਾ ਵਾ ਠੀਕ ਹੈ ਪੰਜਾਬ ਦੀਆਂ ਝੀਲਾਂ ਆਪਾਂ ਕਹਿ ਸਕਦੇ ਹਾਂ ਕਿ ਝੀਲਾਂ ਝੀਲਾਂ ਦੀ ਧਰਤੀ ਕਿਨੂੰ ਬੋਲਿਆ ਜਾਂਦਾ ਵਾ ਜ ਜੀਲਾਂ ਦਾ ਸਹਿਰ ਬਠਿੰਡੇ ਨੂੰ ਮਾਨਸਾ ਨੂੰ ਪੰਜਾਬ ਦੀ ਰੂਪ ਪੱਟੀ ਚਿੱਟੇ ਸੋਨੇ ਦੀ ਭੂਮੀ ਕਿਹਾ ਜਾਂਦਾ ਪਟਿਆਲੇ ਨੂੰ ਗਾਰਡਨ ਸਿਟੀ ਆਫ ਪੰਜਾਬ ਜਾਂ ਰਾਇਲ ਸਿਟੀ ਆਫ ਪੰਜਾਬ ਬੋਲਿਆ ਜਾਂਦਾ ਕਰਤਾਰਪੁਰਨ ਨੂੰ ਕਰਤਾਰਪੁਰ ਨੂੰ ਵੁਡਰਨ ਪੰਜਾਬ ਬੋਲਿਆ ਜਾਂਦਾ ਏਸ਼ੀਆ ਦੀ ਸਭ ਤੋਂ ਵੱਡੀ ਨਾਜ਼ਮੰਡੀ ਖੰਨਾਵਾ ਇਲੈਕਟ੍ਰੋਨਿਕ ਸਿਟੀ ਆਫ ਪੰਜਾਬ ਮੋਹਾਲੀਆ ਸਟੀਲ ਸਿਟੀ ਆਫ ਪੰਜਾਬ ਮੰਡੀ ਗੋਬਿੰਦਗੜਾ ਇੱਥੋਂ ਦੀਆਂ ਜਿਹੜੀਆਂ ਫੇਮਸ ਝੀਲਾਂ ਨੇ ਉਹ ਹੈਗੀਆਂ ਹਰੀਕੇ ਝੀਲ ਜਿਹੜੀ ਕਿ ਤਰਨਤਾਰਨ ਵਿਆਸ ਨਦੀ ਤੇ ਪੈਂਦੀ ਗਾਂਦਲੀ ਝੀਲ ਜਿਹੜੀ ਕਿ ਕਪੂਰਥਲਾ ਵਿਆਸ ਨਦੀ ਤੇ ਆ ਰੋਪੜ ਝੀਲ ਰੂਪਨਗਰ ਸਤਲੁਜ ਨਦੀ ਤੇ ਆ ਸੁਖਨਾ ਝੀਲ ਚੰਡੀਗੜ੍ਹ ਕੱਗਰ ਨਦੀ ਤੇ ਆ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਤੇ ਆਜ਼ਾਦ ਪੰਜਾਬ ਦੇ ਯਾਨੀ ਕਿ 1947 ਚ ਜਦੋਂ ਭਾਰਤ ਆਜ਼ਾਦ ਹੋਇਆ ਸੀ ਨਾ ਤਾਂ ਉਸ ਸਮੇਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸੀ ਗੋਪੀ ਚੰਦ ਭਾਰਗਵ 13 April 1949 ਤੱਕ ਰਹੇ ਸੀ 1947 ਤੋਂ ਪਾਸ਼ਾ ਦੇ ਅਧਾਰ ਤੇ ਨਵੇਂ ਪੰਜਾਬ ਦੇ ਗਠਨ ਦੇ ਸਮੇਂ ਫੇਰ ਨਵੇਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸੀ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਠੀਕ ਹੈ ਸਭ ਤੋਂ ਵੱਧ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਲੋਕ ਸਭਾ ਦੇ ਮੈਂਬਰ ਹੁੰਦੇ ਆ ਪੰਜਾਬ 'ਚ 13 ਰਾਜ ਸਭਾ ਦੇ 7 ਤੇ ਵਿਧਾਨ ਸਭਾ ਦੇ 117 ਇਹ ਤੁਸੀਂ ਕੁਝ ਫੈਕਟ ਨੇ ਜਿਹੜੇ ਪੰਜਾਬ ਨਾਲ ਰਿਲੇਟਡ ਯਾਦ ਰੱਖਣੇ ਆ ਤੇ ਨੈਕਸਟ ਆਪਾਂ ਗੱਲ ਕਰਦੇ ਆ ਜੀ ਹਾਲ ਹੀ ਵਿੱਚ ਕਿਹੜੇ ਭਾਰਤੀ ਖਿਡਾਰੀ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ 골ਡ ਮੈਡਲ ਜਿੱਤੇ ਆ ਹਾਂਜੀ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਵਿੱਚ 골ਡ ਮੈਡਲ ਜਿੱਤੇ ਆ ਵਾ ਸਰਬਜੀਤ ਸਿੰਘ ਸਰਬਜੋਤ ਸਿੰਘ ਨੇ অপশন এ ইজ দা রাইট আনসার ঠিক হ নিশানাওয়াজি বিশ্ব কাপ ਦੇ ਵਿੱਚ গোল্ড ਮੈਡਲ ਜਿੱਤੇ ਆ ਸਰਬਜੋਤ ਸਰਬਜੋਤ ਸਿੰਘ ਨੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਨਿশানাওয়াজি ਵਿਸ਼ਵ ਕੱਪ ਆ ਜਿਹੜਾ ਹੈ ਹੋਇਆ ਕਿੱਥੇ ਆ ਮਧ ਪ੍ਰਦੇਸ਼ ਦੀ ਰਾਜਧਾਨੀ ਪੋਪਾਲ ਦੇ ਵਿੱਚ ਤੇ ਭਾਰਤ ਦੇ ਨਿশানাওয়াজ ਸਰਬਜੋਤ ਸਿੰਘ ਨੇ আইএসএসএফ ਪਿਸਟਲ ਵਰਗ ਦੇ ਵਿੱਚ গোল্ড ਮੈਡਲ ਜਿੱਤੇ ਆ ਨੈਕਸਟ ਹੈ ਜੀ ਯੂਨੈਸਕੋ ਯੂਨੈਸਕੋ ਦੀ ਤਾਜ਼ਾ ਰਿਪੋਰਟ ਅਨੁਸਾਰ ਦੁਨੀਆ ਦੀ ਕਿੰਨੀ ਪ੍ਰਤੀਸ਼ਤ ਆਬਾਦੀ ਕੋਲ ਪੀਣ ਵਾਲਾ ਸਾਫ਼ ਪਾਣੀ ਨਹੀਂ ਹੈ ਹਾਂਜੀ ਯੂਨੈਸਕੋ ਦੀ ਇੱਕ ਰਿਪੋਰਟ ਕੱਢੀ ਗਈ ਹੈ ਜਿਸ ਦੇ ਅਕੋਰਡਿੰਗ ਦੁਨੀਆ ਦਾ ਚੌਥਾ ਹਿੱਸਾ ਜਾਨੀ ਕਿ 26% ਆਬਾਦੀ ਕੋਲ ਪੀਣ ਵਾਲਾ ਸਾਫ਼ ਪਾਣੀ ਨਹੀਂ ਹੈ অপশন বি ইজ দা রাইট আনসার কোনির পোর্ট ইউনেস্কো ਨੇ ਕੱਢੀ ਹੈ ইউনেস্কো ਦੀ ਫੁੱਲ ਫਾਰਮ ਹੈ ইউনাইটেড ਨੈਸ਼ਨ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ 16 ਨਵੰਬਰ 1945 ਨੂੰ ਹੋਈ ਇਸ ਦਾ ਹੈੱਡ ਕੁਆਰਟਰ ਪੈरिस ਦੇ ਵਿੱਚ ਟੈਡ ਪ੍ਰੈਜ਼ੈਂਟ ਇਸ ਦੇ ਹੈੱਡ ਕੌਨ ਨੇ ਆਰਡਰੇ ਅਜ਼ੋਲੀ ਨੈਕਸਟ ਹੈ ਜੀ ਏਸ਼ੀਅਨ ਹਾਕੀ ਫੈਡਰੇਸ਼ਨ ਦੁਆਰਾ ਹਾਲ ਹੀ ਵਿੱਚ ਕਿਸ ਦੇਸ਼ ਦੀ ਹਾਕੀ ਫੈਡਰੇਸ਼ਨ ਨੂੰ ਬੈਸਟ ਆਰਗੇਨਾਈਜ਼ਰ ਅਵਾਰਡ ਦੇ ਨਾਲ ਸਰਮਾਨਿਤ ਕੀਤਾ ਗਿਆ ਹਾਂਜੀ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਦੁਆਰਾ ਸਾਡੇ ਦੇਸ਼ ਭਾਰਤ ਦੀ ਹਾਕੀ ਫੈਡਰੇਸ਼ਨ ਨੂੰ ਬੈਸਟ ਆਰਗੇਨਾਈਜ਼ਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ অপਸ਼ਨ ਬੀ ਇਜ਼ ਅ ਰਾਈਟ ਆਨਸਰ ਠੀਕ ਹੈ ਜੀ ਹੁਣ ਭਾਰਤ ਦੀ ਗੱਲ ਕਰ ਰਹੇ ਹਾਂ ਤਾਂ ਐਰਿਕ ਗਾਰਸੈਟੀ ਨੂੰ ਭਾਰਤ ਵਿੱਚ ਅਮਰੀਕੀ ਰਾਜਦੂਤ ਚੁਣਿਆ ਗਿਆ ਅਭਿਆਸ ਲਾ ਪਰੋਸੇ ਦਾ ਤੀਜਾ ਐਡੀਸ਼ਨ ਭਾਰਤ ਦੁਆਰਾ ਆਯੋਜਿਤ ਕੀਤਾ ਗਿਆ ਸਿਪਰੀ ਦੀ ਰਿਪੋਰਟ ਦੇ ਅਨੁਸਾਰ ਭਾਰਤ 2018-22 ਦਰਮਿਆਨ ਦੁਨੀਆ ਦਾ ਸਭ ਤੋਂ ਵੱਡਾ ਹਥਿਆਰਦ੍ਰਾਮ ਅਧਿਕਾਰ ਬਣ ਗਿਆ ਟ੍ਰੋਪੈਕਸ 2023 ਅਭਿਆਸ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦੁਆਰਾ ਯੋਜਿਤ ਕੀਤਾ ਗਿਆ। ਨੈਕਸਟ ਹੈ ਜੀ ਹਾਲ ਹੀ ਵਿੱਚ ਐਬਲ ਪੁਰਸਕਾਰ ਕਿਸ ਨੂੰ ਦਿੱਤਾ ਗਿਆ? ਹਾਂਜੀ ਐਬਲ ਪੁਰਸਕਾਰ ਆ ਜਿਹੜਾ ਇਹ ਕਿਸ ਨੂੰ ਦਿੱਤਾ ਗਿਆ? ਲੂਇਸ ਕੈਫਰੇਲੀ ਨੂੰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਇਹ ਤੁਸੀਂ ਯਾਦ ਰੱਖਣਾ। ਵੈਰੀ ਇੰਪੋਰਟੈਂਟ ਲੂਇਸ ਕੈਫ ਰੈਲੀ ਨੂੰ ਇਹ ਅਵਾਰਡ ਆ ਜਿਹੜਾ ਦਿੱਤਾ ਗਿਆ ਵਾ। ਠੀਕ ਹੈ ਜੀ। ਤੇ ਹੁਣ ਆਪਾਂ ਇੱਕ ਅਵਾਰਡ ਦੀ ਗੱਲ ਕੀਤੀ ਹੈ ਤਾਂ ਬੰਬਈ ਜੈ ਸ੍ਰੀ ਨੂੰ ਸੰਗੀਤ ਕਲਾ ਨਿਧੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸ਼ਿਵ ਸ਼ੰਕਰੀ ਨੂੰ ਸਰਸਵਤੀ ਸਨਮਾਨ 2022 ਲਈ ਚੁਣਿਆ ਗਿਆ ਸਾਰੇ ਡੈਵਿਡ ਚਿਪਰਫੀਲਡ ਨੂੰ ਪੀਰਟ ਜਕਰ ਆਰਚਟੈਕਚਰ ਇਨਾਮ 2023 ਦੇ ਜੇਤੂ ਵਜੋਂ ਚੁਣਿਆ ਗਿਆ ਸ਼ਿਪਰਾ ਦਾਸ ਨੂੰ 8ਵੇਂ ਨੈਸ਼ਨਲ ਫੋਟੋਗ੍ਰਾਫੀ ਅਵਾਰਡ ਸਮਾਰੋਹ ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਨੈਕਸਟ ਹੈ ਜੀ ਹਾਲ ਹੀ ਵਿੱਚ ਤੰਥਾਈ ਪੈਰੀਆਰ ਵਾਈਲਡਲਾਈਫ ਸੈਂਚੁਰੀ ਨੂੰ ਕੇਸ ਰਾਜ ਵਿੱਚ 18ਵਾਂ ਜੰਗਲੀ ਜੀਵ ਸੈਂਚੁਰੀ ਘੋਸ਼ਿਤ ਕੀਤਾ ਗਿਆ। ਹਾਂਜੀ ਤਮਿਲਨਾਡੂ ਦੇ ਵਿੱਚ ਆ। ਤਮਿਲਨਾਡੂ ਦੇ ਇਰੋਡ ਦੇ ਵਿੱਚ ਆ ਤੰਥਾਈ ਪੈਰੀਆਰ ਵਾਈਲਡਲਾਈਫ ਸੈਂਚੁਰੀ ਤੇ ਇਸ ਨੂੰ 18ਵਾਂ ਜੰਗਲੀ ਜੀਵ ਸੈਂਚੁਰੀ ਘੋਸ਼ਿਤ ਕੀਤਾ ਗਿਆ। ਆਪਸ਼ਨ A ਇਜ਼ ਦਾ ਰਾਈਟ ਆਨਸਰ ਤਮਿਲਨਾਡੂ। ਹੁਣ ਤਮਿਲਨਾਡੂ ਦੀ ਗੱਲ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਮਿਲਨਾਡੂ। ਤਮਿਲਨਾਡੂ ਦੀ ਕੈਪੀਟਲ ਹੈ ਚੇਨਈ। ਇਥੋਂ ਦੇ ਚੀਫ ਮਿਨਿਸਟਰ ਐਮ ਕੇ ਸਟਾਲਿਨ ਇਥੋਂ ਦੇ ਗਵਰਨਰ ਆਰ ਐਨ ਰਵੀ ਤਾਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕ ਆ ਗਿੰਡੀ ਨੈਸ਼ਨਲ ਪਾਰਕ ਆ ਇੰਦਰਾ ਗਾਂਧੀ ਨੈਸ਼ਨਲ ਪਾਰਕ ਆ ਅੰਨਾਮਲਾਈ ਨੈਸ਼ਨਲ ਪਾਰਕ ਆ ਮਨਾਰ ਨੈਸ਼ਨਲ ਪਾਰਕ ਆ ਮੁਕੁਰਤੀ ਨੈਸ਼ਨਲ ਪਾਰਕ ਆ ਸੱਤੇ ਮੰਗਲਮ ਟਾਈਗਰ ਰਿਜ਼ਰਵ ਇਸ ਨੂੰ ਟੀਐਕਸ 2 ਪੁਰਸਕਾਰ ਮਿਲਿਆ ਕਿਉਂਕਿ ਇੱਥੇ ਬਾਗਾਂ ਦੀ ਆਬਾਦੀ ਦੁੱਗਣੀ ਹੋ ਗਈ ਹੈ ਤਾਮਿਲਨਾਡੂ ਦੇ ਵਿੱਚ ਚੈਂਬਰਮੰਕਮ ਝੀਲ ਆ ਉਲਟੀ ਝੀਲਾਂ ਕਾਲੀਬੈਲੀ ਝੀਲ ਪੋਲਿੱਕਟ ਝੀਲ ਕੋਲਾਬਈ ਝੀਲ ਸੋਲਾਬਰਮ ਝੀਲ ਵੀਰਨਮ ਝੀਲ ਕੋੜੇਕਨਾਲ ਝੀਲ ਰੈੱਡ ਹਿਲਸ ਝੀਲ ਅਬਤੂਰ ਝੀਲ ਸਿੰਗਾਨਲੂਰ ਝੀਲ ਮੱਛੀ ਦੇ ਉਤਪਾਦਨ ਦੇ ਵਿੱਚ ਟੌਪ ਤੇ ਆ ਤਾਮਿਲਨਾਡੂ ਅਸ਼ੋਕ ਲੈਲੈਂਡ ਨੇ ਤਾਮਿਲਨਾਡੂ ਵਿੱਚ ਆਲ ਵੂਮਨ ਪ੍ਰੋਡਕਟ ਰੋਡ ਕਾਸ਼ਨ ਲਾਈਨ ਲਾਂਚ ਕੀਤੀ ਆ ਭਾਰਤ ਦਾ ਪਹਿਲਾ ਹਾਈਬ੍ਰਿਡ ਰਾਕੇਟ ਚੈਂਗਲ ਪੱਟੂ ਤਾਮਿਲਨਾਡੂ ਵਿੱਚ ਲਾਂਚ ਕੀਤਾ ਗਿਆ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਪੋਦੂਮਈ ਕਲਮ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਆਰਟੀਆਈ ਜਵਾਬਦੇਹੀ ਵਿੱਚ ਤਾਮਿਲਨਾਡੂ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਰਾਜ ਬਣਿਆ ਤਾਮਿਲਨਾਡੂ ਸਰਕਾਰ ਨੇ ਨੀਲਗਿਰੀ ਤਾਹਰ ਦੀ ਸੰਭਾਲ ਲਈ ਪ੍ਰੋਜੈਕਟ ਸ਼ੁਰੂ ਕੀਤਾ ਤੇ ਤਾਮਿਲਨਾਡੂ ਦੇ ਵਿੱਚ ਕਾਰਤੀਗਈ ਦੀਪਮਰਾਥਾ ਜਿਹੜਾ ਉਤਸਵ ਮਨਾਇਆ ਗਿਆ ਨੈਕਸਟ ਹੈ ਜੀ ਹਾਲ हाल ही ਵਿੱਚ ਕਿਹੜਾ ਦੇਸ਼ ਬ੍ਰਿਕਸ ਨਿਊ ਡਿਵੈਲਪਮੈਂਟ ਬੈਂਕ ਦਾ ਨਵਾਂ ਮੈਂਬਰ ਬਣਾਇਆ ਗਿਆ ਹਾਂਜੀ ਬ੍ਰਿਕਸ ਨਿਊ ਬੈਂਕ ਦਾ ਜਿਹੜਾ ਨਿਊ ਡਿਵੈਲਪਮੈਂਟ ਬੈਂਕ ਦਾ ਨਵਾਂ ਮੈਂਬਰ ਬਣਿਆ ਉਹ ਬਣਿਆ ਮਿਸਰ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਮਿਸਰ ਜਾਣੀ ਕਿ ਏਜੀਪਟ ਇਸ ਦੀ ਕੈਪੀਟਲ ਕੀ ਆ ਏਜੀਪਟ ਦੀ ਕੈਪੀਟਲ ਕੀ ਆ ਕਾਹਿਰਾ ਇਥੋਂ ਦੀ ਕਰੰਸੀ ਆ ਏਜੀਪਟੀਅਨ ਪਾਉਂਡ ਇਤੋਂ ਦੇ ਪ੍ਰੈਜ਼ੀਡੈਂਟ ਆਬਦਿਲ ਫਤੇਹ ﺍﻟसीसी ਠੀਕ ਹੈ ਤੇ ਅਬਦਿਲ ਫਤੇਹ ﺍﻟसीसी ਇਹੀ ਸਾਡੇ 26 ਜਨਵਰੀ ਨੂੰ ਚੀਫ ਗੈਸਟ ਵੀ ਰਹੇ ਸੀ ਠੀਕ ਹੈ ਰਿਪਬਲਿਕ ਡੇ ਤੇ ਨੈਕਸਟ ਹੈ ਜੀ DGCA ਦੀ ਤਾਜ਼ਾ ਰਿਪੋਰਟ ਮੁਤਾਬਕ ਪੂਰੇ ਵਿਸ਼ਵ ਵਿੱਚ ਕਿਸ ਦੇਸ਼ ਵਿੱਚ ਜ਼ਿਆਦਾ ਮਹਿਲਾ ਪਾਇਲਟ ਹਨ ਹਾਂਜੀ DGCA ਜਾਨੀ ਕਿ ਡਾਇਰੈਕਟੋਰੇਟ ਜਨਲ ਆਫ ਸਿਵਲ ਐਵੀਏਸ਼ਨ ਦੇ ਅਕੋਰਡਿੰਗ ਇੱਕ ਰਿਪੋਰਟ ਕੱਢੀ ਗਈ ਹੈ ਜਿਸ ਦੇ ਅਕੋਰਡਿੰਗ ਪੂਰੇ ਵਿਸ਼ਵ ਦੇ ਵਿੱਚ ਭਾਰਤ ਦੇ ਵਿੱਚ ਜ਼ਿਆਦਾ ਮਹਿਲਾ ਪਾਇਲਟ ਹਨ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਉਹਨੇ ਜਿਹੜੀ ਰਿਪੋਰਟ ਆ ਐ ਡੀ ਜੀ ਸੀਏ ਨੇ ਕੱਢੀ ਆ ਜਾਨੀ ਕਿ ਡਾਇਰੈਕਟੋਰੇਟ ਜਰਨਲ ਆਫ ਸਿਵਲ ਐਵੀਏਸ਼ਨ ਇਸ ਦੇ ਹੈੱਡ ਕੁਆਰਟਰ ਕਿੱਥੇ ਆ ਨਵੀਂ ਦਿੱਲੀ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਡਾਇਰੈਕਟਰ ਜਰਨਲ ਕੌਣ ਨੇ ਵਿਕਰਮ ਦੇਵਦਾਤ ਨੈਕਸਟ ਹੈ ਜੀ ਹਾਲ ਹੀ ਵਿੱਚ ਹਾਲ ਹੀ ਵਿੱਚ ਅਸਮ ਦੇ ਸਰਬੋਤਮ ਨਾਗਰਿਕ ਸਨਮਾਨ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਅਸਮ ਦਾ ਸਰਬੋਤਮ ਨਾਗਰਿਕ ਸਨਮਾਨ ਆ ਕਿਹੜਾ ਵਾ ਅਸਮ ਪੈਵਵ ਤੇ ਇਸ ਦੇ ਨਾਲ ਸਨਮਾਨਿਤ ਕੀਤਾ ਗਿਆ ਡਾਕਟਰ ਤਪਨ ਸੇਕੀਆ ਨੂੰ অপশন বি ইজ দা রাইট আনসার এ অনকোলজিস্ট আ অনকোলজিস্ট কি ਹੁੰਦਾ ਜਿਹੜੇ ਕੈਂਸਰ ਸਪੈਸ਼ਲਿਸਟ ਹੁੰਦੇ ਆ ਉਹਨਾਂ ਨੂੰ ਬੋਲਦੇ ਆ ਠੀਕ ਹੈ ਨੈਕਸਟ ਹੈ ਜੀ ਹੁਣ ਆਪਾਂ ਅਸਮ ਦੀ ਗੱਲ ਕੀਤੀ ਆਸਮ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਪਹਿਲਾਂ ਐਕਸਟਰਾ ਫੈਕਟ ਆ ਜਿਹੜੇ ਉਹ ਕਰਵਾ ਚੁੱਕੀ ਆ ਹਾਂਜੀ ਹੁਣੇ ਕੇਸ ਕੇਸ ਰਾ ਸਰਕਾਰ ਨੇ ਹਾਲ ਹੀ ਵਿੱਚ ਮੁੱਖ ਮੰਤਰੀ ਟ੍ਰੀ ਅ ਸਟੇਟ ਸਕੀਮ ਸ਼ੁਰੂ ਕੀਤੀ ਹਾਂਜੀ ਮੁੱਖ ਮੰਤਰੀ ਟ੍ਰੀ ਅ ਸਟੇਟ ਸਕੀਮ ਸ਼ੁਰੂ ਕੀਤੀ ਆ ਕਿਹੜੇ ਰਾਜ ਦੇ ਮੁੱਖ ਮੰਤਰੀ ਨੇ ਕੀਤੀ ਹੈ ਛਤੀਸਗੜ ਦੇ ਮੁੱਖ ਮੰਤਰੀ ਨੇ অপਸ਼ਨ ਬੀ ਇਸ ਦਾ ਰਾਈਟ ਆਨਸਰ ਛਤੀਸਗੜ ਗਵਰਨਮੈਂਟ ਨੇ ਇਹ ਜਿਹੜੀ ਸਕੀਮਾ ਸ਼ੁਰੂ ਕੀਤੀ ਹੈ ਇਸ ਵਿੱਚ ਕੀ ਹੈ ਕਿ ਲੋਕਾਂ ਨੂੰ ਆਪਣੀ ਪ੍ਰਾਈਵੇਟ ਜ਼ਮੀਨ ਦੇ ਵਿੱਚ ਦਰਖਤ ਲਾਉਣ ਲਈ ਕਹੇ ਆ ਜਾਵੇਗਾ ਠੀਕ ਹੈ ਇਹ ਛਤੀਸਗੜ ਦੀ ਗਵਰਨਮੈਂਟ ਨੇ ਸ਼ੁਰੂ ਕੀਤੀ ਹੈ ਤਾਂ ਦੇਖ ਸਕਦੇ ਹੋ ਹੁਣ ਤੁਸੀਂ ਮੈਪ ਦੇ ਵਿੱਚ ਛਤੀਸਗੜ ਛਤੀਸਗੜ ਦੀ ਕੈਪੀਟਲ ਕੀ ਹੈ ਰਾਈਪੁਰ ਇੱਥੋਂ ਦੇ ਚੀਫ ਮਿਨਿਸਟਰ ਗੋਪੇਸ਼ ਬੰਗੇਲ ਤੇ ਇੱਥੋਂ ਦੇ ਗਵਰਨਰ ਨਮੇ ਬਣੇ ਆ ਵਿਸ਼ਵ ਪੂਸ਼ਣ ਹਰੀ ਚੰਦਰਨ ਦੇ 36 ਘੜ ਦੇ ਵਿੱਚ ਗੁਰੂ ਘਾਸੀदास نیشنل ਪਾਰਕ ਹੈ ਟਾਈਗਰ ਰਿజర్ਵ ਵੀ ਆ ਕਾਂਗਰ ਵੈਲੀ نیشنل ਪਾਰਕਾ ਇੰਦਰਾਬਤੀ ਟਾਈਗਰ نیشنل ਪਾਰਕਾ ਠੀਕ ਹੈ ਛਤੀਸਗੜ ਸਰਕਾਰ ਨੇ ਨੌਜਵਾਨਾਂ ਨੂੰ ਬੇਜ਼ਗਾਰੀ ਪੱਤਾ ਦੇਣ ਦਾ ਲਾਈਨ ਕੀਤਾ ਛਤੀਸਗੜ ਦੇ ਸਰਕਾਰੀ ਕਰਮਚਾਰੀ ਹੁਣ ਪੁਰਾਣੀ ਅਤੇ ਨਵੀਂ ਪੈਨਸ਼ਨ ਸਕੀਮ ਦੇ ਵਿੱਚੋਂ ਕਿਸੇ ਇੱਕ ਦੀ ਚੋਣ ਕਰ ਸਕਦੇ ਆ ਛਤੀਸਗੜ ਦੇ ਨਿਜ਼ਾਤ ਅਭਿਆਨ ਨੂੰ IACP ਪੁਰਸਕਾਰ ਮਿਲਿਆ ਛਤੀਸਗੜ ਸਰਕਾਰ ਨੇ ਟਾਟਾ ਟੈਕਨੋਲੋਜੀਜ਼ ਨਾਲ ਸਮਝੌਤਾ ਕੀਤਾ ਛਤੀਸਗੜ ਸਰਕਾਰ ਨੇ ਅਨੁਸੂਚਿਤ ਖੇਤਰਾਂ ਵਿੱਚ ਪੰਚਾਇਤ ਅਧਿਕਾਰਾਂ ਦੀ ਸ਼ੁਰੂਆਤ ਕੀਤੀ ਨੈਕਸਟ ਹੈ ਜੀ ਹਾਲ ਹੀ ਵਿੱਚ ਐਨਜੀਟੀ ਨੇ ਰਾਮਸਰ ਸਾਈਟਾਂ ਦੀ ਸੁਰੱਖਿਆ ਕਰਨ ਵਿੱਚ ਆਸਫਲ ਰਹਿਣ ਤੇ ਕਿਸ ਸੂਬੇ ਨੂੰ 10 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹਾਂਜੀ ਐਨਜੀਟੀ ਨੇ ਰਾਮਸਰ ਸਾਈਟਾਂ ਦੀ ਸੁਰੱਖਿਆ ਵਿੱਚ ਆਸਫਲ ਰਹਿਣ ਤੇ 10 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਵਾ ਕੇਰਲ ਤੇ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਕੇਰਲ ਹੁਣੇ ਜੁਰਮਾਨਾ ਵਾ ਜਿਹੜਾ ਕੇਰਲ ਤੇ ਲੱਗਿਆ ਕੈਰਲ ਦੀ ਕੈਪੀਟਲ ਕੀ ਆ ਤ੍ਰਿਵੰਤਮਪੁਰਮ ਇੱਥੋਂ ਦੇ ਚੀਫ ਮਿਨਿਸਟਰ ਆ ਪਿੰਰਈ ਵਿਜੇਨ ਇੱਥੋਂ ਦੇ ਗਵਰਨਰ ਆ ਆਰੀਫ ਮੁਹੰਮਦ ਖਾਨ ਕੈਰਲ ਦੇ ਵਿੱਚ ਨਾਈਮੂਦੀ 16 ਨੈਸ਼ਨਲ ਪਾਰਕ ਆ ਮਾਥੀਕੇਤਨ 16 ਨੈਸ਼ਨਲ ਪਾਰਕ ਆ ਪਮਡਮ 16 ਨੈਸ਼ਨਲ ਪਾਰਕ ਆ ਸਾਇਲੈਂਟ ਵੈਲੀ ਨੈਸ਼ਨਲ ਪਾਰਕ ਆ ਐਰਬੀਕੁਲਮ ਨੈਸ਼ਨਲ ਪਾਰਕ ਆ ਪੈਰੀਆਰ ਵਾਈਲਡਲਾਈਫ ਸੈਂਚੁਰੀ ਆ ਤੇ ਕੈਰਲ ਦਾ ਸਰਵੋੱਚ ਨਾਗਰਿਕ ਸਨਮਾਨ ਆ ਕੈਰਲ ਜੋਤੀ ਇਸ ਦੇ ਨਾਲ ਐਮਟੀ ਵਾਸੂਦੇਵਨ ਨਾਇਰ ਨੂੰ ਸਨਮਾਨਿਤ ਕੀਤਾ ਗਿਆ ਪਦਮਾ ਲక్ష్ਮੀ ਨੂੰ ਕੇਰਲ ਦੀ ਪਹਿਲੀ 트랜ਸਜੈਂਡਰ ਵਕੀਲ ਵਜੋਂ ਰਾਜ ਦੀ ਬਾਰ ਕਾਉਂਸਲ ਲਈ ਨਾਮਜ਼ਦ ਕੀਤਾ ਗਿਆ। ਕੇਰਲ ਦੇ ਵਿੱਚ ਅਟਕਲ ਪੋਂਗਲ ਧੂਮ ਧਾਮ ਨਾਲ ਮਨਾਇਆ ਗਿਆ। ਰੋਬੋਟਿਕ ਹਾਥੀ ਕੇਰਲ ਦੇ ਵਿੱਚ ਮੰਦਿਰ ਦੇ ਵਿੱਚ ਰਸਮੀ ਕਰਤੱਬਾਂ ਕਰਨ ਲਈ ਪੇਸ਼ ਕੀਤਾ ਗਿਆ। ਨੈਕਸਟ ਹੈ ਜੀ हाल ही ਵਿੱਚ ਕਿਸ ਰਾਜ ਸਰਕਾਰ ਨੇ ਆਫਤ ਪ੍ਰਬੰਧਨ ਨੀਤੀ ਜਾਰੀ ਕੀਤੀ ਹੈ ਹਾਂਜੀ ਆਫਤ ਪ੍ਰਬੰਧਨ ਨੀਤੀ ਜਾਰੀ ਕੀਤੀ ਹੈ ਤਾਮਿਲਨਾਡੂ ਦੀ ਗਵਰਨਮੈਂਟ ਨੇ অপਸ਼ਨ ਵੀ ਇਸ ਦਾ ਰਾਈਟ ਆਨਸਰ ਬਿਨੂ ਕੁਦਰਤੀ ਅਤੇ ਮਨੁੱਖਾਂ ਦੁਆਰਾ ਨਿਰਮਿਤ ਆਫਤਾਂ ਦੇ ਮਾਮਲੇ ਬਾਰੇ ਕਾਰਜ ਯੋਜਨਾ ਬਣਾਉਣ ਦੇ ਲਈ ਜਾਂ ਜਾਰੀ ਕਰਨ ਦੇ ਲਈ ਜਿਹੜੀ ਆਫਤ ਪ੍ਰਬੰਧਨ ਨੀਤੀ ਹੈ ਜਾਰੀ ਕੀਤੀ ਗਈ ਹੈ ਠੀਕ ਹੈ ਜੀ ਨੈਕਸਟ ਹੈ ਹਾਲ ਹੀ ਵਿੱਚ ਪੈਨਸ਼ਨ ਸਕੀਮ ਤੇ ਪੈਨਲ ਦੇ ਮੁਖੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਪੈਨਸ਼ਨ ਸਕੀਮ ਤੇ ਪੈਨਲ ਦੇ ਮੁਖੀ ਵਜੋਂ ਨਿਯੁਕਤ ਕੀਤੇ ਗਏ ਆ ਟੀਵੀ ਸੋਮਨਾਥਨ ਦੇਖੋ ਭਾਰਤ ਦੇ ਵਿੱਚ ਸਰਕਾਰੀ ਕਰਮਚਾਰੀਆਂ ਦੇ ਲਈ ਐਨਪੀਐਸ ਦੀ ਵਿਵਸਥਾ ਵਾ ਜਾਨੀ ਕਿ ਨੈਸ਼ਨਲ ਪੈਨਸ਼ਨ ਸਕੀਮ ਇਸ ਤੋਂ ਪਹਿਲਾਂ ਸੀਗੀ ਓਪੀਐਸ ਜਾਨੀ ਕਿ 올ਡ ਪੈਨਸ਼ਨ ਸਕੀਮ ਤੇ ਓਪੀਐਸ ਦੇ ਵਿੱਚ ਕਰਮਚਾਰੀ ਦੀ ਜਿਹੜੀ ਲਾਸਟ ਪੇ ਹੁੰਦੀ ਸੀ ਉਸ ਦਾ 50% ਉਹਨੂੰ ਪੈਨਸ਼ਨ ਦੇ ਰੂਪ ਵਿੱਚ ਦਿੱਤਾ ਜਾਂਦਾ ਸੀ ਪਰ ਐਨਪੀਐਸ ਦੇ ਵਿੱਚ ਇਹ ਸਿਕਿਉਰਿਟੀ ਨਹੀਂ ਸੀ ਕਿ ਉਹ ਜਾਂ ਮਤਲਬ ਇਹ ਸ਼ੋਰ ਨਹੀਂ ਹੁੰਦਾ ਸੀ ਕਿ ਕਿੰਨੇ ਪਰਸੈਂਟ ਮਿਲੇਗਾ ਇਹ ਕਈ ਚੀਜ਼ਾਂ ਤੇ ਡਿਪੈਂਡ ਕਰਦਾ ਸੀ ਇਸ ਲਈ ਕਰਮਚਾਰੀ ਦੇ ਵਿਰੋਧ ਵਿੱਚ ਕਰਮਚਾਰੀ ਆ ਜਿਹੜੇ ਇਹਦਾ ਵਿਰੋਧ ਕਰ ਰਹੇ ਸੀ ਜਿਵੇਂ ਰਾਜਸਥਾਨ ਛਤੀਸਗੜ੍ਹ ਚਾਰਖੰਡ ਇੱਥੇ ਐਨਪੀਐਸ ਨੂੰ ਖਤਮ ਕਰਕੇ ਓਪੀਐਸ ਦੀ ਵਿਵਸਥਾ ਤਾਂ ਲਾਗੂ ਕਰਤੀ ਹੁਣ ਕੇਂਦਰ ਸਰਕਾਰ ਨੇ ਇੱਕ ਪੈਨਲ ਦਾ ਗਠਨ ਕੀਤਾ ਜੋ ਐਨਪੀਐਸ ਵਿੱਚ ਸੁਧਾਰ ਦਾ ਕੰਮ ਕਰੇਗਾ ਤੇ ਇਸ ਦੇ ਮੁਖੀ ਬਣਾਏ ਗਏ ਆ ਟੀਵੀ ਸੋਮਨਾਥਨ ਨੈਕਸਟ ਹੈ हाल ही ਵਿੱਚ S&P Global रेटिंगਾਂ ਨੇ ਵਿੱਤੀ ਸਾਲ 2024 ਵਿੱਚ ਭਾਰਤ ਦੇ ਆਰਥਿਕ ਵਿਕਾਸ ਦਰ ਕਿੰਨੇ ਪ੍ਰਤੀਸ਼ਤ ਹੋਣ ਦੀ ਭਵਿੱਖਬਾਣੀ ਕੀਤੀ? ਹਾਂਜੀ S&P Global ਰੇਟਿੰਗਸ ਨੇ ਵਿੱਤੀ ਸਾਲ 2024 ਦੇ ਵਿੱਚ ਭਾਰਤ ਦੇ ਆਰਥਿਕ ਵਿਕਾਸ ਦਰ 6% ਹੋਣ ਦੀ ਭਵਿੱਖਬਾਣੀ ਕਰ ਦਿੱਤੀ। অপਸ਼ਨ C ਇਸ ਦਾ ਰਾਈਟ ਆਨਸਰ ਹੈ। ਨੈਕਸਟ ਹੈ ਜੀ ਹਾਲ ਹੀ ਵਿੱਚ ਪੰਜਾਬ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਕੌਣ ਬਣੀ ਵੈਰੀ ਇੰਪੋਰਟੈਂਟ ਪੰਜਾਬ ਮਹਿਲਾ ਪੰਜਾਬੀ ਯੂਨੀ ਪੰਜਾਬ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਬਣੀ ਆ ਰੇਨੂ ਚੀਮਾ ਆਪਸ਼ਨ A ਇਸ ਦਾ ਰਾਈਟ ਆਨਸਰ ਇਹਨਾਂ ਨੂੰ ਉਪ ਰਾਸ਼ਟਰਪਤੀ ਜਗਦੀਪ ਦਨਖੜ ਨੇ ਪੀ ਯੂ ਦਾ ਵਾਈਸ ਚਾਂਸਲਰ ਆ ਜਿਹੜੇ ਨਿਯੁਕਤ ਕੀਤਾ ਵਾ ਤੇ ਪੀ ਯੂ ਦੇ ਚਾਂਸਲਰ ਕੌਣ ਨੇ ਚਾਂਸਲਰ ਨੇ ਜਗਦੀਪ ਦਨਖੜ ਤੇ ਵਾਈਸ ਚਾਂਸਲਰ ਇਹਨਾਂ ਨੂੰ ਬਣਾਇਆ ਰੇ ਨੂੰ ਚੀਮਾ ਨੂੰ ਜਗਦੀਪ ਦਨਖੜ ਨੇ ਇਹਨਾਂ ਨੂੰ ਪੀਯੂ ਐਕਟ 1947 ਦੀ ਧਾਰਾ 10 ਦੀ ਸ਼ਕਤੀ ਦੀ ਵਰਤੋਂ ਕਰਦੇ ਹੋਏ 3 ਸਾਲਾਂ ਦੀ ਮਿਆਦ ਤੇ ਅਪਾਇੰਟ ਕੀਤਾ ਠੀਕ ਹੈ ਜੀ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ